ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਸੀਨੀਅਰ ਜਰਨਲਿਸਟ ਸਰਦਾਰ ਹਮੀਤ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ। ਮੈਂ ਜੀ ਆਇਆਂ ਆਖਦਾ। ਥੈਂਕ ਯੂ ਜੀ, ਸ਼ੁਕਰੀਆ ਜੀ। ਚੰਡੀਗੜ੍ਹ ਚਰਚਾ 'ਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਰਵਾਈ ਚੱਲ ਰਹੀ ਹੈ, ਔਰ ਇਸ ਕਾਰਵਾਈ ਦੇ ਦਰਮਿਆਨ ਦੇ ਵਿੱਚ ਜਿਹੜੇ ਦੋ ਮਾਮਲੇ ਅਹਿਮ ਤਰੀਕੇ ਨਾਲ ਉੱਠਦੇ ਆ, ਇੱਕ ਤਾਂ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਤੁਸੀਂ ਹੀ ਦਾਅਵਾ ਕਰਦੇ ਰਹੇ, ਤੁਸੀਂ ਕਹਿੰਦੇ ਰਹੇ ਕਿ ਵਿਧਾਨ ਸਭਾ ਦੀਆਂ ਸਿਟਿੰਗਸ ਜ਼ਿਆਦਾ ਹੋਣੀਆਂ ਚਾਹੀਦੀਆਂ, ਸੈਸ਼ਨ ਵੱਡਾ ਹੋਣਾ ਚਾਹੀਦਾ, ਤੇ ਅੱਜ ਤੁਸੀਂ ਇਹਨੂੰ ਸੀਮਿਤ ਕਰਤਾ ਹੈ, ਤੇ ਸਪੀਕਰ ਸਾਹਿਬ ਕਹਿੰਦੇ ਆ ਵੀ ਬਿਜ਼ਨਸ ਕਿੱਥੇ ਆ, ਕਾਰਵਾਈ ਜਾਂ ਕੰਮਕਾਜ ਤਾਂ ਬਿਜ਼ਨਸ ਦੇ ਆਧਾਰ ਤੇ ਹੋਣਾ ਹੁੰਦਾ। ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਕੰਮ ਕਰਨ ਲਈ ਜੇ ਬਿਜ਼ਨਸ ਹੀ ਹੈ ਨਹੀਂ, ਨਾ ਸਰਕਾਰ ਕੋਲੇ, ਨਾ ਵਿਰੋਧੀ ਧਿਰਾਂ ਕੋਲੇ, ਪੰਜਾਬ ਮੁੱਦਿਆਂ ਨਾਲ ਭਰਿਆ ਪਿਆ, ਲਾਅ ਐਂਡ ਆਰਡਰ ਤੋਂ ਲੈ ਕੇ ਜਿੰਨੇ ਮਾਮਲੇ ਇੱਥੇ ਨੇ, ਔਰ ਇਸੇ ਦੌਰਾਨ ਸਪੀਕਰ ਸਾਹਿਬ ਕੁਝ ਉਹਨਾਂ ਲੋਕਾਂ ਨੂੰ ਵੀ ਬੁਲਾ ਰਹੇ ਆ ਜਿਨ੍ਹਾਂ ਤੋਂ ਸਰਕਾਰ ਨੂੰ ਪਰੇਸ਼ਾਨੀ ਹੁੰਦੀ ਰਹੀ ਆ। ਸਪੀਕਰ ਸਾਹਿਬ ਹੌਲੀ ਜੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਕਹਿੰਦੇ ਆ ਵੀ ਮੈਂ ਇਹਨਾਂ ਦੀ ਸਲਾਹ ਲੈਣਾ ਚਾਹੁੰਦਾ ਹਾਂ, ਕੁੰਵਰ ਵਿਜੇ ਪ੍ਰਤਾਪ ਨੌਕ ਕਰਦੇ ਨੇ ਸਟੇਟ ਨੂੰ ਸਿੱਧਿਓਂ ਵਿਧਾਨ ਸਭਾ ਦੇ ਵਿੱਚੋਂ, ਔਰ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਮਾਫੀਆ ਰਨ ਕਰਦਾ। ਇਹ ਦੋ ਮਾਮਲੇ ਅੱਤ ਅਹਿਮ ਨੇ ਕਿ ਇੱਕ ਤਾਂ ਸਰਕਾਰ ਕੋਲ, ਵਿਰੋਧੀ ਧਿਰਾਂ ਕੋਲ ਬਿਜ਼ਨਸ ਹੀ ਹੈ ਨਹੀਂ ਸਟੇਟ ਲਈ, ਸਟੇਟ ਮਰੀ ਜਾ ਰਹੀ ਆ, ਤੇ ਦੂਜੇ ਬੰਨੇ ਇੱਕ ਉਹਨਾਂ ਦਾ ਆਪਣਾ MLA ਕਹਿੰਦਾ ਕਿ ਮੈਂ ਆਪਣੇ ਐਕਸਪੀਰੀਅੰਸ ਤੋਂ, 20-25 ਸਾਲ ਦੇ ਐਕਸਪੀਰੀਅੰਸ ਤੋਂ ਮੈਂ ਕਹਿ ਰਿਹਾ ਕਿ ਸਟੇਟ ਨੂੰ ਰਨ ਕਰਦਾ ਮਾਫੀਆ, ਕਰਪਸ਼ਨ। ਖੈਰ ਆਪਾਂ ਅੱਗੇ ਜਾਵਾਂਗੇ। ਅੱਜ ਚੰਡੀਗੜ੍ਹ ਦੇ ਵਿੱਚ ਹੀ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਆਪਣੀ ਪੂਰੀ ਸਮਰੱਥਾ ਨਾਲ ਸਾਹਮਣੇ ਆਈਆਂ ਨੇ, ਲੇਕਿਨ ਇਸੇ ਵੇਲੇ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਸ਼ੰਭੂ ਨੂੰ ਲੈ ਕੇ, ਕਿਸਾਨੀ ਨੂੰ ਲੈ ਕੇ, ਕਿਸਾਨੀ ਮਸਲਿਆਂ ਨੂੰ ਲੈ ਕੇ। ਕਮੇਟੀ ਬੜੀ ਅਹਿਮ ਆ। ਕਮੇਟੀ ਦੇ ਵਿੱਚ ਪੰਜਾਬ ਦਾ ਚਿਹਰਾ ਵੱਡਾ ਕਰਤਾ, ਕੇਂਦਰ ਥੋੜਾ ਜਿਹਾ ਪਿੱਛੇ ਲੁਕ ਗਿਆ ਜਾ ਕੇ, ਪੰਜਾਬ ਦੇ ਹੀ ਐਕਸਪਰਟ ਪਾਏ ਨੇ, ਉਹ ਐਕਸਪਰਟ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਸੇ ਪਾਸੇ ਬਹਿੰਦੇ ਰਹੇ ਆ, ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਮੰਨਣਗੇ ਭਲਾ? ਇਹ ਸਵਾਲ ਵੀ ਕਾਫੀ ਅਹਿਮ ਆ। ਭਾਵੇਂ ਉਹਨਾਂ ਨੂੰ ਤਾਕਤ ਬੜੀ ਦਿੱਤੀ ਗਈ ਆ, ਉਹ ਸੁਪਰੀਮ ਕੋਰਟ ਤੋਂ ਤਾਕਤ ਡਰਾ ਕਰਨਗੇ, ਪਰ ਕੀ ਅਲਟੀਮੇਟਲੀ ਕਿਸੇ ਹੱਲ ਤੱਕ ਪਹੁੰਚਣਗੇ, ਆਪਾਂ ਇੱਥੇ ਵੀ ਜਾਂਦੇ ਹਾਂ। ਇਹਦੋਂ ਅਗਲਾ ਮਾਮਲਾ, ਅੱਜ ਦੋ ਜ਼ਮਾਨਤਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ, ਰਾਹਤ ਮਿਲੀ ਆ ਵਿਜੇ ਨਾਇਰ, ਜਿਹੜੇ ਕਿ ਕਰੀਬੀ, ਬਹੁਤ ਕਰੀਬੀ ਅਰਵਿੰਦ ਕੇਜਰੀਵਾਲ ਦੇ ਸੀਗੇ, ਇਹਨਾਂ ਦੇ ਸੰਚਾਰ ਵਿਭਾਗ ਦੇ ਮੁਖੀ ਸੀਗੇ, ਉਹਨਾਂ ਨੂੰ ਜ਼ਮਾਨਤ ਮਿਲੀ 23 ਮਹੀਨਿਆਂ ਬਾਅਦ, ਲਗਭਗ 2 ਸਾਲ ਬਾਅਦ, ਔਰ ਕੇਜਰੀਵਾਲ ਦੇ PA ਬਿਬਿਬ ਕੁਮਾਰ ਨੂੰ ਵੀ ਜ਼ਮਾਨਤ ਮਿਲ ਗਈ ਆ। ਇਸ ਮਾਮਲੇ ਨੂੰ ਵੀ ਟੱਚ ਕਰਦੇ ਹਾਂ। ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਨਵਾਂ ਮੁਖੀ ਲਾਤਾ ਹੈ, ਡੇਰੇ ਦਾ ਨਵਾਂ ਮੁਖੀ, ਪ੍ਰਬੰਧ ਪੱਖੋਂ ਵੀ, ਅਧਿਆਤਮਿਕ ਗੁਰੂ ਦੇ ਪੱਖੋਂ ਵੀ ਜਸਦੀਪ ਸਿੰਘ ਗਿੱਲ ਨੂੰ ਲਾਇਆ ਗਿਆ। ਇਹ ਰਿਸ਼ਤੇਦਾਰੀ ਚੋਂ ਦੱਸੇ ਜਾਂਦੇ ਨੇ, ਹਾਲਾਂਕਿ ਸਾਡੇ ਕੋਈ ਸਪਸ਼ਟ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦੀ ਰਿਸ਼ਤੇਦਾਰੀ 'ਚ ਨੇ, ਇਹਨੂੰ ਵੀ ਲੈਂਦੇ ਹਾਂ। ਲੇਕਿਨ ਲਾਸਟ ਵਿੱਚ ਆਪਾਂ ਜਾਵਾਂਗੇ, ਦਿਨੋਂ ਦਿਨ ਸਿੱਖ ਸਿਆਸਤ ਨਾਜ਼ੁਕ ਦੌਰ 'ਚ ਦਾਖਲ ਹੋ ਰਹੀ ਆ। ਦੋਸ਼ ਪ੍ਰਤੀ ਦੋਸ਼ ਤਾਂ ਆਪਣੀ ਜਗ੍ਹਾ ਨੇ, ਲੇਕਿਨ ਪ੍ਰੈਕਟਿਸ ਦੇ ਵਿੱਚ ਵੀ ਹੁਣ ਸ਼੍ਰੋਮਣੀ ਕਮੇਟੀ ਤੇ ਫੋਕਸ ਸ਼ਿਫਟ ਹੋ ਗਿਆ। ਹੁਣ ਸਾਰੇ ਦਾ ਸਾਰਾ ਫੋਕਸ ਸ਼ਿਫਟ ਹੋ ਗਿਆ ਸ਼੍ਰੋਮਣੀ ਕਮੇਟੀ ਤੇ। ਜਦੋਂ ਨਵੰਬਰ ਦੀ ਚੋਣ ਨੂੰ ਜਿਹੜੇ ਬਾਗੀ ਅਕਾਲੀ ਨੇ, ਸੁਖਬੀਰ ਦੇ ਰਾਈਵਲ ਨੇ, ਸ਼ਰੀਕ ਨੇ, ਉਹਨਾਂ ਦਾ ਸਾਰਾ ਫੋਕਸ ਸ਼੍ਰੋਮਣੀ ਕਮੇਟੀ ਦੀ ਨਵੰਬਰ ਦੀ ਚੋਣ ਤੇ ਕਿ ਸ਼੍ਰੋਮਣੀ ਕਮੇਟੀ ਨੂੰ ਕੌਣ ਰਨ ਕਰੇ ਨਵੰਬਰ ਦੀ ਚੋਣ ਵਿੱਚ। ਕੀ ਸੁਖਬੀਰ ਸਿੰਘ ਬਾਦਲ ਲਈ ਬਹੁਤ ਔਖੀ ਇਲੈਕਸ਼ਨ ਹੋਣ ਵਾਲੀ ਹੈ, ਆਪਾਂ ਇਹਦੇ ਤੇ ਜਾਵਾਂਗੇ। ਸਭ ਤੋਂ ਪਹਿਲਾਂ ਸਰ ਜਗਤਾਰ ਸਿੰਘ ਜੀ, ਜਦੋਂ ਸਪੀਕਰ ਸਾਹਿਬ ਨੂੰ ਵਿਰੋਧੀ ਧਿਰ ਦੇ ਆਗੂ ਕਹਿੰਦੇ ਆ ਇਹਨਾਂ ਬੈਂਚਾਂ ਤੇ ਬਹਿ ਕੇ, ਸਾਡੇ ਵਾਲੇ ਬੈਂਚਾਂ ਤੇ ਬਹਿ ਕੇ ਤੁਸੀਂ ਕਹਿੰਦੇ ਰਹੇ ਕਿ ਸੈਸ਼ਨ ਵੱਡੇ ਹੋਣੇ ਚਾਹੀਦੇ ਆ, ਕੰਮ ਕਾਜ ਜ਼ਿਆਦਾ ਹੋਣਾ ਚਾਹੀਦਾ, ਅੱਜ ਤੁਸੀਂ ਸੱਤਾਧਾਰੀ ਧਿਰ ਵਾਲੇ ਪਾਸੇ ਬਹਿ ਕੇ ਸੈਸ਼ਨ 2 ਦਿਨ ਦਾ ਰੱਖ ਰਹੇ ਹੋ, 3 ਦਿਨ ਦਾ ਰੱਖ ਰਹੇ ਹੋ, ਸਾਰਿਆਂ ਨੂੰ ਸਮਾਂ ਨਹੀਂ ਮਿਲਦਾ। ਸਪੀਕਰ ਸਾਹਿਬ ਕਹਿੰਦੇ ਬਿਜ਼ਨਸ ਕਿੱਥੇ ਆ,
ਇਸ ਸਦਨ ਨੇ ਬਿਜ਼ਨਸ ਨਾਲ ਚੱਲਣਾ ਹੈ। ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ ਕਈ ਇਹੋ ਜਿਹੇ ਇਸ਼ੂ ਨੇ, ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਜੇ ਸਰਕਾਰ ਕੋਲ ਬਿਜ਼ਨਸ ਦੇ ਨਾਂ ਥੱਲੇ ਸੈਸ਼ਨ ਦੇ ਵਿੱਚ ਇਜਲਾਸ ਦੇ ਵਿੱਚ ਕਹਿਣ ਘੁਮਾਉਣ ਲਈ, ਬਹਿਸ ਕਰਾਉਣ ਲਈ ਕੁਛ ਨਹੀਂ ਤਾਂ ਇਹਨੂੰ ਕਿਵੇਂ ਲਈਏ ਜੀ? ਨਹੀਂ, ਬਿਲਕੁਲ ਠੀਕ ਹੈ, ਮੈਂ ਸਹਿਮਤ ਹੈ ਪ੍ਰਤਾਪ ਸਿੰਘ ਬਾਜਵਾ ਜੀ ਜਿਵੇਂ ਗੱਲ ਕਰ ਰਹੇ ਹੈ ਵੀ ਹਾਊਸ ਚੱਲਣਾ ਚਾਹੀਦਾ ਲੰਬਾ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀ ਸਟੇਟਮੈਂਟ ਹੈਗੀ ਹੈ ਇੱਕ ਕਿ ਇਹ ਸੈਸ਼ਨ ਘੱਟੋ ਘੱਟ ਇੱਕ ਮਹੀਨਾ ਚੱਲਣਾ ਚਾਹੀਦਾ ਸੀਗਾ। ਮੈਂ ਦੋਵਾਂ ਨਾਲ ਹੀ ਸਹਿਮਤ, ਬਹੁਤ ਵਧੀਆ ਗੱਲ ਕਰਦੇ ਹੈ, ਪਰ ਸਮੱਸਿਆ ਰੰਧਾਵਾ ਜੀ ਇੱਕ ਹੈ, ਇਹ ਜਦੋਂ ਅਪੋਜੀਸ਼ਨ ਬੈਂਚਾਂ 'ਤੇ ਬਹਿ ਜਾਂਦੇ ਉਦੋਂ ਹੀ ਇਹ ਗੱਲਾਂ ਕਰਦੇ ਆ, ਉਦੋਂ ਕਿਉਂ ਚੇਤਾ ਆ ਜਾਂਦਾ ਇਹਨਾਂ ਨੂੰ ਵੀ ਸੈਸ਼ਨ ਲੰਬਾ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਮੈਂ ਬਾਜਵਾ ਜੀ ਦੀ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ ਆਪ ਵਾਲੇ ਪਹਿਲਾਂ ਪਿਛਲੀ ਵਾਰੀ ਮੇਨ ਅਪੋਜੀਸ਼ਨ ਸੀ, ਇਹ ਕਹਿੰਦੇ ਹੁੰਦੇ ਸੀ ਵੀ ਸੈਸ਼ਨ ਲੰਬਾ ਹੋਣਾ ਚਾਹੀਦਾ। ਇਹ ਪ੍ਰਸਕ੍ਰਾਈਬਡ ਹੈ ਜਿਹੜੀ ਆਪਣੇ ਸਪੀਕਰਸ ਦੀਆਂ ਐਨੂਅਲ ਕਾਨਫਰੰਸ 'ਚ ਹੁੰਦੀਆਂ ਉਹਨਾਂ 'ਚ ਰਿਕਮੈਂਡੇਸ਼ਨ ਹੈਗੀ ਹੈ ਬਈ ਅਸੈਂਬਲੀ ਜਾਂ ਪਾਰਲੀਮੈਂਟ ਘੱਟੋ ਘੱਟ ਕਿੰਨੀਆਂ ਸਿਟਿੰਗ ਇਹਨਾਂ ਦੀਆਂ ਸਾਲ ਦੇ ਵਿੱਚ ਹੋਣੀਆਂ ਚਾਹੀਦੀਆਂ। ਪਾਰਲੀਮੈਂਟ ਦੀਆਂ ਸਿਟਿੰਗ ਵੀ ਉਨੀਆਂ ਨਹੀਂ ਹੁੰਦੀਆਂ ਜਿੰਨੀਆਂ ਪ੍ਰਸਕ੍ਰਾਈਬਡ ਹੈਗੀਆਂ ਜਾਂ ਜਿੰਨੀਆਂ ਪਹਿਲਾਂ ਹੁੰਦੀਆਂ ਸੀਗੀਆਂ। ਲੰਬਾ ਚੱਲਦਾ ਹੁੰਦਾ ਸੀ ਸੈਸ਼ਨ ਪਹਿਲਾਂ ਪਾਰਲੀਮੈਂਟ ਦਾ ਵੀ ਅਤੇ ਅਸੈਂਬਲੀਜ਼ ਵੀ। ਬਜਟ ਸੈਸ਼ਨ ਨਾਰਮਲੀ ਅਸੈਂਬਲੀ ਦਾ ਹੁੰਦਾ ਸੀ ਮਹੀਨਾ ਕੁ, ਅਤੇ ਹੁਣ ਹੁੰਦਾ ਕੁਝ ਟੋਟਲ ਸਿਟਿੰਗ ਹੁੰਦੀਆਂ 8 ਜਾਂ 10। ਇਹ ਭਾਵੇਂ ਪੰਜਾਬ ਹੈ ਭਾਵੇਂ ਹਰਿਆਣਾ ਹੈ, ਅਤੇ ਸਰਕਾਰ ਭਾਵੇਂ ਅਕਾਲੀ ਪੰਜਾਬ ਦੋ ਤਰ੍ਹਾਂ ਦੇ ਦੋ ਹੀ ਸਰਕਾਰਾਂ ਰਹੀਆਂ ਨੇ ਇਸ ਤੋਂ ਪਹਿਲਾਂ, ਅਕਾਲੀ ਦਲ ਅਤੇ ਕਾਂਗਰਸ। ਉਹ ਤੀਜੀ ਧਿਰ ਤਾਂ ਹੁਣ ਆ ਗਈ, ਉਹ ਪਹਿਲਾਂ ਉਦੋਂ ਵੀ ਇਹ ਚਰਚਾ ਉਦੋਂ ਵੀ ਹੁੰਦੀ ਸੀ ਜਦੋਂ ਕਾਂਗਰਸ ਦੀ ਸਰਕਾਰ ਹੋਣੀ ਉਦੋਂ ਅਕਾਲੀ ਦਲ ਨੇ ਕਹਿਣਾ ਵੀ ਲੰਬੀਆਂ ਸਿਟਿੰਗਸ ਹੋਣੀਆਂ ਚਾਹੀਦੀਆਂ ਜੀ। ਜਦੋਂ ਅਕਾਲੀ ਦਲ ਦੀ ਸਰਕਾਰ ਆ ਜਾਣੀ ਉਹਨਾਂ ਨੇ ਵੀ ਸਿਟਿੰਗ ਉਸ ਤੋਂ ਵੀ ਘਟਾ ਦੇਣੀਆਂ ਪਿਛਲੇ ਤੋਂ। ਹੁਣ ਤੁਸੀਂ ਪਿਛਲੀ ਸਰਕਾਰ ਕਾਂਗਰਸ ਦੀ ਸੀ, ਮੈਂ ਬਾਜਵਾ ਜੀ ਦੀ ਗੱਲ ਵੈਲਕਮ ਕਰਦਾ ਹੋਇਆ ਕਹਿ ਰਹੇ ਹਾਂ ਬਈ ਤੁਸੀਂ ਆਪਣੀ ਸਰਕਾਰ ਦਾ ਰਿਕਾਰਡ ਘਟਾ ਲਓ ਘੱਟੋ ਘੱਟ। ਅਤੇ ਸੁਖਬੀਰ ਜੀ ਨੂੰ ਚਾਹੀਦਾ ਕਿ ਉਹਨਾਂ ਨੇ 10 ਸਾਲ ਰਾਜ ਕੀਤਾ, 10 ਸਾਲ ਦੀਆਂ ਸਿਟਿੰਗ ਘਟਾ ਲੈਣ ਬਈ ਕਿੰਨੀਆਂ ਹੋਈਆਂ, ਆਪਣਾ ਪਿਛਲਾ ਇਤਿਹਾਸ ਦੇਖ ਕੇ ਫਿਰ ਅੱਗੇ ਤੁਸੀਂ ਕਰੋ ਗੱਲ। ਜ਼ਿਆਦਾ ਕਹਿ ਰਹੇ ਹੋ ਵੀ ਸਾਥੋਂ ਤਾਂ ਨਹੀਂ ਹੋਇਆ ਅਤੇ ਹੁਣ ਤੁਸੀਂ ਕਰਕੇ ਦਿਖਾਓ। ਪੰਜਾਬ ਦੇ ਆਹ ਮਸਲੇ ਹੈਗੇ ਹੈ ਡਿਸਕਸ ਕੀਤੇ ਜਾਣ। ਅੱਜ ਮੈਂ 10 ਮਿੰਟ ਵਾਸਤੇ ਸੈਸ਼ਨ ਆਪਣੇ ਸੁਣ ਰਿਹਾ ਸੀ ਲਾਈਵ, ਅਤੇ ਉਹ ਸਪੀਕਰ ਕੁਲਤਾਰ ਸੰਧਵਾ ਹੋਰੀ ਸਾਰਿਆਂ ਨੂੰ ਟਾਈਮ ਦੇ ਰਹੇ ਸੀ ਵੀ ਆਪਣੇ ਤੁਸੀਂ ਇਸ਼ੂ ਟੇਕਅਪ ਕਰ ਲਓ, 0 ਆਵਰ ਸ਼ਾਇਦ ਉਹ ਚਲਾ ਰਹੇ ਸੀਗੇ। ਪਿਛਲੇ ਸੈਸ਼ਨ ਦੇ ਵਿੱਚ ਵੀ ਇੱਕ ਦਿਨ ਮੈਂ ਦੇਖਿਆ ਸੀਗਾ ਬਈ ਉਹਨੇ ਤਕਰੀਬਨ 45 MLA ਨੂੰ ਰਿਕਾਰਡ ਸੀ ਉਹਦੇ ਟਾਈਮ ਦਿੱਤਾ ਬੋਲਣ ਦਾ, ਉਹ ਕਹਿੰਦੇ ਵੀ ਜਿਹੜਾ ਕਦੇ ਨਹੀਂ ਬੋਲਿਆ ਵੀ ਬੋਲ ਲਓ। 1 MLA ਨੇ ਕਹਿੰਦਾ ਮੈਂ ਤਾਂ ਬੋਲਣਾ ਨਹੀਂ, ਉਹਨਾਂ ਨੇ ਜ਼ੋਰ ਲਾ ਲਿਆ ਵੀ ਤੁਸੀਂ ਬੋਲੋ, ਕਹਿੰਦੇ ਮੈਂ ਤਾਂ ਨਹੀਂ ਬੋਲ, ਮੈਂ ਨਾਂ ਨਹੀਂ ਲੈਣਾ। ਅਤੇ ਬਸ ਹੁਣ ਇਹ ਵੀ ਗੱਲ ਆ ਗਈ ਬਈ ਸਪੀਕਰ ਕਹਿ ਰਿਹਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਨੇ ਏਜੰਡਾ ਸੈੱਟ ਕਰਨਾ ਹੁੰਦਾ ਬਿਜ਼ਨਸ ਸਾਰਾ, ਅਤੇ ਸਪੀਕਰ ਉਹ ਕਹਿ ਰਹੇ ਵੀ ਮੇਰੇ ਕੋਲ ਤਾਂ ਬਿਜ਼ਨਸ ਹੈ ਨਹੀਂ, ਜੇ ਬਿਜ਼ਨਸ ਹੈ ਨਹੀਂ ਤਾਂ ਮੈਂ ਸੈਸ਼ਨ ਕਿਵੇਂ ਚਲਾਉਣਾ, ਹਾਊਸ ਕਿਵੇਂ ਚਲਾਉਣਾ। ਹੁਣ ਸਪੀਕਰ ਦਾ ਕੰਮ ਬਿਜ਼ਨਸ ਫਾਈਨਲਾਈਜ਼ ਕਰਨਾ ਨਹੀਂ ਹੈ, ਜਿਹੜਾ ਬਿਜ਼ਨਸ ਹੈ ਉਹ ਸਰਕਾਰ ਅਤੇ ਅਪੋਜੀਸ਼ਨ ਨੇ ਦੇਣਾ। ਕੀ ਕਾਂਗਰਸ ਦੀ ਅਪੋਜੀਸ਼ਨ ਨੇ ਕੋਈ ਨੋਟਿਸ ਦਿੱਤੇ ਹੈ ਕਿ ਆਹ ਸਾਡੇ ਇਸ਼ੂਜ਼ ਹੈਗੇ ਹੈ ਬਈ ਅਜੇ ਡਰੱਗਸ ਦਾ ਮਾਮਲਾ 2 ਘੰਟੇ 'ਤੇ ਬਹਿਸ ਹੋਣੀ ਚਾਹੀਦੀ ਹੈ, ਹਾਂਜੀ ਐਗਰੀਕਲਚਰ ਪੋਲਿਸੀ ਨਹੀਂ ਆਈ 2 ਘੰਟੇ ਬਹਿਸ ਇੱਥੇ ਹੋਣੀ ਚਾਹੀਦੀ ਹੈ, ਹਾਂਜੀ
ਤੇ ਇਹੋ ਜਿਹੇ ਇਸ਼ੂ ਸਾਰੇ ਹੈਗੇ ਆ। ਸਰਕਾਰ ਕਦੇ ਆਪ ਇਹੋ ਜਿਹੇ ਇਸ਼ੂ ਤੇ ਡਿਸਕਸ਼ਨ ਨਹੀਂ ਕਰਦੀ, ਸਰਕਾਰ ਕੋਈ ਵੀ ਹੈ। ਹੁਣ ਸਰਕਾਰ ਥੋੜ੍ਹੀ ਕਹੇਗੀ ਵੀ ਪੰਜਾਬ ਦੇ ਵਿੱਚ ਇਸ ਵੇਲੇ ਡਰੱਗਸ ਬਹੁਤ ਹੈਗੀ, ਇਹ ਤਾਂ ਅਪੋਜੀਸ਼ਨ ਨੇ ਲੈ ਕੇ ਆਉਣਾ। ਇਹਨਾਂ ਨੇ ਸਰਕਾਰ ਨੂੰ ਫੋਰਸ ਕਰਨਾ ਹੈ ਕਿ ਸਰਕਾਰ ਉਹ ਇਸ਼ੂ ਡਿਸਕਸ ਕਰੇ, ਟਾਈਮ ਐਲੋਕੇਟ ਕਰੇ। ਇਹ ਡਿਪੈਂਡ ਇਹਨਾਂ 'ਤੇ ਕਰਦਾ ਹੁੰਦਾ, ਉਹਦੇ ਤਰੀਕੇ ਹੁੰਦੇ ਆ, ਕਾਲ ਟੈਂਸ਼ਨ ਮੋਸ਼ਨ, ਅਡਜਰਨਮੈਂਟ ਮੋਸ਼ਨ, ਇਹ ਪ੍ਰੋਪਰ ਪ੍ਰੋਸੀਜਰ ਹੈ। ਜਾਂ ਤੁਸੀਂ ਸਪੈਸ਼ਲ ਡਿਸਕਸ਼ਨ ਵਾਸਤੇ ਸਪੀਕਰ ਨੂੰ ਨੋਟਿਸ ਦਿਓ ਕਿ ਇਹਨਾਂ ਨੇ ਸਾਰਾ ਕੁਛ ਕੀਤਾ। ਐਵੇਂ ਉੱਠ ਕੇ ਰੂਟੀਨ ਦੇ ਵਿੱਚ ਇਹ ਕਹਿ ਦੇਣਾ ਕਿ ਸੈਸ਼ਨ ਲੰਬੇ ਹੋਣੇ ਚਾਹੀਦੇ ਆ, ਬਿਲਕੁਲ ਹੋਣੇ ਚਾਹੀਦੇ ਆ, ਇਹਦੇ ਨਾਲ ਹਰ ਬੰਦਾ ਸਹਿਮਤ ਹੈ, ਕੋਈ ਡਿਫਰੈਂਸ ਹੈ ਹੀ ਨਹੀਂ। ਇੱਕ ਤਾਂ ਪਹਿਲਾਂ ਆਪਣਾ ਰਿਕਾਰਡ ਦੇਖੋ ਵੀ ਤੁਹਾਡਾ ਰਿਕਾਰਡ ਕੀ ਸੀਗਾ, ਅਤੇ ਦੂਜਾ ਬਈ ਆਪਣਾ ਬਿਜ਼ਨਸ ਮੁਹੱਈਆ ਕਰਾਉਣ ਦੇ ਵਿੱਚ ਤੁਸੀਂ ਵੀ ਕੋਈ ਯੋਗਦਾਨ ਪਾਓ ਜੀ। ਇਹ ਠੀਕ ਗੱਲ ਆ, ਜਦੋਂ ਸੰਧਵਾ ਸਾਹਿਬ ਜਵਾਬ ਦੇ ਰਹੇ ਸੀ ਸਪੀਕਰ, ਤੇ ਉਹ ਕਹਿੰਦੇ ਮੈਂ ਸਦਨ ਦੇ ਧਿਆਨ ਚ ਲਿਆਉਣਾ ਚਾਹੁੰਦਾ ਹੈ ਜਿੰਨੇ ਇਸ ਵਾਰੀ ਦੇ ਵਿੱਚ, ਕਹਿੰਦੇ ਔਨ ਰਿਕਾਰਡ ਹੈ, ਇਸ ਵਾਰੀ ਦੇ ਵਿੱਚ MLAs ਨੂੰ ਟਾਈਮ ਮਿਲਿਆ, ਪਿਛਲੇ ਰਿਕਾਰਡ ਵੀ ਕਢਾ ਲਓ ਉਨਾ ਟਾਈਮ ਨਹੀਂ ਮਿਲਿਆ। ਕਹਿੰਦੇ ਮੈਂ ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਨੂੰ ਸਮਾਂ ਮਿਲੇ, ਅੱਜ ਵੀ ਉਹ ਕਰ ਰਹੇ ਸੀ ਯਤਨ। ਇੱਕ ਐਂਗਲ ਇਹ ਵੀ ਹੈਗਾ, ਵੈਸੇ ਪ੍ਰਤਾਪ ਸਿੰਘ ਬਾਜਵਾ ਨੇ ਸਾਹਮੀਤ ਸਿੰਘ ਜੀ ਇਹ ਵੀ ਕਿਹਾ ਹੈ ਕਿ ਕਿਸਾਨ ਬੈਠੇ ਨੇ, ਖੇਤੀ ਦਾ ਮਾਮਲਾ, ਲਾਅ ਐਂਡ ਆਰਡਰ ਦਾ ਮਾਮਲਾ ਬਰਗਾੜੀ ਦੇ ਵਿੱਚ, ਕੱਲ ਫੇਰ ਲੋਕ ਬੈਠੇ ਨੇ, ਬੇਅਦਬੀ ਮਾਮਲਿਆਂ ਤੇ ਮਾਮਲੇ ਅੱਗੇ ਹੀ ਨਹੀਂ ਵੱਧ ਰਹੇ। ਉਹ ਕਹਿੰਦੇ ਤੁਹਾਡੇ ਮੁੱਖ ਮੰਤਰੀ ਦੇ ਦਫ਼ਤਰ 'ਚ ਫਾਈਲ ਹੋਈ ਆ ਜਿਹੜੀ ਸੈਂਕਸ਼ਨ ਦੇਣੀ ਹੈ, ਪ੍ਰੋਸੀਕਿਊਸ਼ਨ ਸੈਂਕਸ਼ਨ, ਉਹ ਨਹੀਂ ਦਿੱਤੀ ਜਾ ਰਹੀ। ਸੋ ਇਹ ਮਾਮਲੇ ਹੈਗੇ ਆ, ਲੇਕਿਨ ਮਾਮਲੇ ਐਡਰੈਸ ਨਹੀਂ ਹੋ ਰਹੇ ਕਿਉਂਕਿ ਵਿਰੋਧੀ ਧਿਰ ਦੀ ਗੱਲ ਕਿਉਂ ਮੰਨੇਗੀ ਸਰਕਾਰ। ਪਰ ਸਰਕਾਰ ਨੂੰ ਮੁਸ਼ਕਲ ਵੀ ਕੀ ਹੈ ਜੇ ਉਹਨਾਂ ਦੇ ਆਪਣੇ MLA ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਤੁਸੀਂ ਬਰਗਾੜੀ ਦੇ ਉੱਤੇ, ਬੇਅਦਬੀ ਦੇ ਉੱਤੇ ਬਹਿਸ ਕਰਾ ਲਓ, ਔਰ ਤੁਸੀਂ ਨਸ਼ੇ ਦੇ ਉੱਤੇ ਕਰਾ ਲਓ, ਖੇਤੀ ਦੀ ਗੱਲ ਉਹਨਾਂ ਨੇ ਕੀਤੀ ਆ। ਖੈਰ ਮੈਂ ਸਰਦਾਰ ਹਰਮੀਤ ਸਿੰਘ ਜੀ ਜਦੋਂ ਸੈਸ਼ਨ ਨੂੰ ਦੇਖ ਰਿਹਾ ਸੀਗਾ, ਬਾਜਵਾ ਸਾਹਿਬ ਦੀ ਪਹਿਲੀ ਮੰਗ ਵੀ ਸਾਨੂੰ ਤੁਸੀਂ ਲੌਂਗ ਸ਼ਾਟ 'ਚ ਰੱਖ ਦਿਓ, ਸਾਡੇ ਵੀ ਚਿਹਰੇ ਚੁਰੇ ਦਿਖਾਓ, ਅਸੀਂ ਵੀ ਤਾਂ ਪੱਗ ਪੁੱਗ ਸੋਹਣੀ ਬੰਨ ਕੇ ਆਉਂਦੇ ਹਾਂ, ਸਾਰੇ ਹੀ ਤਿਆਰ ਤਿਉਰ ਹੋ ਕੇ ਆਉਂਦੇ ਹਾਂ। ਵੈਸੇ ਆਪਣੇ ਮੁੱਖ ਮੰਤਰੀ ਨੇ ਪ੍ਰਗਟ ਸਿੰਘ ਨੂੰ ਭਾਜੀ ਪ੍ਰਗਟ ਸਿੰਘ ਕਹਿ ਕੇ ਦੂਜੇ ਇਆਲੀ ਨੂੰ ਤੇ ਬਾਕੀਆਂ ਨੂੰ ਥੋੜ੍ਹਾ ਜਿਹਾ ਅੱਜ ਭਰੋਸੇ ਵਾਲਾ ਮਾਹੌਲ ਰੱਖਿਆ, ਅੰਦਰ ਥੋੜ੍ਹਾ ਖੁਸ਼ਗਵਾਰ ਹੀ ਲੱਗਿਆ। ਇਕੱਲੇ ਪ੍ਰਤਾਪ ਸਿੰਘ ਬਾਜਵਾ ਹੀ ਯਤਨ ਕਰ ਰਹੇ ਸੀਗੇ ਕਿ ਮੁੱਦਿਆਂ ਨੂੰ ਘੇਰ ਕੇ ਲਿਆਂਦਾ ਜਾਵੇ। ਪਰ ਖੈਰ ਅਗਲਾ ਦਿਨ ਵੀ ਅਜੇ ਹੈਗਾ, ਦੋ ਦਿਨ ਨੇ ਪੂਰੇ ਪਏ, ਵੇਖਣ ਵਾਲੀ ਗੱਲ ਹੈ ਕਿ ਕੀ ਸੱਚਮੁੱਚ ਕੋਈ ਨਵੇਂ ਬਿੱਲ ਆਉਂਦੇ ਨੇ, ਕੋਈ ਕਾਨੂੰਨ ਨਵੇਂ ਬਣਦੇ ਆ, ਕੋਈ ਸਰਕਾਰ ਕੀ ਪਾਲਿਸੀ ਮੈਟਰ ਦੇ ਉੱਤੇ ਵੀ ਗੱਲ ਕਰਦੀ ਹੈ। ਖੈਰ ਤੁਸੀਂ ਕਿਵੇਂ ਦੇਖ ਰਹੇ ਹੋ ਸਾਰੇ ਮਾਮਲੇ ਨੂੰ? ਨਹੀਂ, ਜਿਹੜਾ ਅਸੈਂਬਲੀ ਦਾ ਇਸ਼ੂ ਸਾਡੇ ਸਾਹਮਣੇ ਆ, ਉਹਦੇ ਚ ਇੱਕ ਚੰਗੀ ਗੱਲ ਇਹੀ ਹੈ ਕਿ ਤੂੰ ਮੈਂ ਘੱਟ ਹੋਈ ਹੈ ਅੱਜ ਉਹ ਜਿਹਾ, ਉਹ ਤਾਂ ਠੀਕ ਗੱਲ ਹੈ, ਹੋਣੀ ਵੀ ਨਹੀਂ ਚਾਹੀਦੀ। ਪਰ ਇਹ ਵੀ ਨਹੀਂ ਹੈ ਕਿ ਵਿਚਾਰਕ ਤੌਰ ਤੇ ਵੀ ਬਹੁਤ ਪੋਲੇ ਪੋਲੇ ਜਿਹੀਆਂ ਗੱਲਾਂ ਕਰਕੇ ਇੱਕ ਦੂਜੇ ਨਾਲ ਸੱਜਣਤਾਈ ਦਿਖਾ ਕੇ ਤੇ ਤੁਸੀਂ ਵਾਪਸ ਆ ਜਾਓ, ਤੇ ਇਹ ਨੂਰਾ ਕੁਸ਼ਤੀ ਵੀ ਨਹੀਂ ਹੋਣੀ ਚਾਹੀਦੀ, ਦੋਨੋਂ ਗੱਲਾਂ 'ਚ ਕੋਈ ਬਖਰੇਵਾਂ ਹੋਣਾ ਚਾਹੀਦਾ। ਔਰ ਜੇ ਬਾਜਵਾ ਨੂੰ ਲੱਗਦਾ ਸੀ ਕਿ ਬਾਹਰ ਹੋਰ ਗੱਲ ਹੈ, ਮਜ਼ਦੂਰ ਵੀ ਬੈਠੇ ਨੇ ਨਾਲ, ਇਕੱਲੇ ਕਿਸਾਨੀ ਨਹੀਂ ਬਾਕੀ ਨੇ, ਔਰ ਇਹੋ ਜਿਹੇ ਤਾਂ ਤੁਸੀਂ ਇਹ ਲਿਆਉਂਦੇ ਹੁੰਦੇ ਹੋ, ਐਡਜਰਨਮੈਂਟ ਮੋਸ਼ਨ ਕਾਹਦੇ ਨਹੀਂ ਹੁੰਦਾ, ਤੁਸੀਂ ਲਿਆਉਂਦੇ ਹੋ ਕਿ ਪਹਿਲਾਂ ਇਹ ਸੁਣੋ ਜੀ, ਇੰਨੇ ਬੰਦੇ ਬਾਹਰ ਬੈਠੇ ਨੇ, ਇੰਨੇ ਉੱਥੇ ਬਾਰਡਰ ਤੇ, ਇਹ ਸਿਸਟਮ ਸੁਲਝਾਓ ਕੀ ਹੈ, ਇਹ ਤੁਹਾਡਾ ਕੀ ਰੋਲ ਹੈ, ਗੌਰਮੈਂਟ ਆਫ ਇੰਡੀਆ ਦਾ ਕੀ ਰੋਲ ਹੈ, ਕਿਸਾਨਾਂ ਦਾ ਕੋਈ ਗਲਤ ਠੀਕ ਕੀ ਜੋ ਗੱਲ ਹੈ, ਤੇ ਇਹਦੇ ਤੇ ਚਰਚਾ ਤਾਂ ਕਰੋ। ਵਿਧਾਨ ਸਭਾ ਇੱਕ ਪਲੇਟਫਾਰਮ ਹੈ ਬਹੁਤ ਵੱਡਾ, ਜੇ ਪਾਰਲੀਮੈਂਟ 'ਚ ਨਹੀਂ ਹੋ ਰਹੀ ਤਾਂ ਵਿਧਾਨ ਸਭਾ 'ਚ ਤਾਂ ਚਰਚਾ ਕਰ ਲਓ ਤੁਹਾਡਾ। ਫਿਰ ਜੇ ਤੁਹਾਨੂੰ ਲੱਗਦਾ ਕੋਈ ਗੌਰਮੈਂਟ ਆਫ ਇੰਡੀਆ ਦੇ ਨਾਲ ਟੈਕਲ ਕਰਨ ਵਾਲਾ ਤਾਂ ਕੋਈ ਰੈਜੂਲੇਸ਼ਨ ਕਰਨ ਵਾਲਾ, ਤਾਂ ਰੈਜੂਲੇਸ਼ਨ ਪਾਸ ਵਿਧਾਨ ਸਭਾ ਕਰ ਸਕਦੀ ਉਹੋ ਜਿਹੇ ਮੁੱਦੇ ਤੇ ਇੱਕ ਸਹਿਮਤੀ ਨਾਲ, ਜੇ ਹੋਰ ਕੁਝ ਵੀ ਨਹੀਂ ਕਰਨਾ। ਤੇ ਅੱਜ ਹੀ ਉੱਥੇ ਇੱਕ ਸਵਾਲ ਉਹਨਾਂ ਨੇ, ਜਾਖੜ, ਸੰਦੀਪ ਜਾਖੜ ਨੇ ਵੀ ਉਠਾਇਆ
ਕਿ ਉਹ ਜਿਹੜੀ ਪਾਲਿਸੀ ਦਾ ਡਰਾਫਟ ਹੈ ਜੀ ਉਹ ਸਾਨੂੰ ਉਹੀ ਕਰਵਾ ਦਿਓ, ਦਰਸ਼ਨ ਕਰਵਾ ਦਿਓ ਉਹਦੇ ਕਿ ਉਹ ਹੈ ਕੀ ਹੈ, ਕਿਸਾਨ ਬੈਠੇ ਨੇ ਪਾਲਿਸੀ ਦੱਸੋ ਕਿ ਪਾਲਿਸੀ ਸਾਨੂੰ ਪਤਾ ਲੱਗਣੀ ਚਾਹੀਦੀ ਹੈ। ਵੈਸੇ ਤਾਂ ਉਹ ਕਹਿੰਦੇ ਵੀ ਚਲੋ ਦਿਖਾਉਣ ਦੀ ਗੱਲ ਨਹੀਂ ਤੇ ਕੱਲ੍ਹ ਇੱਕ ਟਾਈਮ ਰੱਖ ਲਓ ਜਿਹਦੇ ਤੇ ਚਰਚਾ ਕਰ ਸਕੀਏ ਆਪਾਂ ਪਾਲਿਸੀ ਦੀ, ਅੱਜ ਸਾਨੂੰ ਦੇ ਦਿਓ ਤਾਂ ਕਿ ਕੋਈ ਪੜ੍ਹ ਪੜ੍ਹ ਕੇ ਆ ਜਾਣਗੇ ਬੰਦੇ ਦੇਖ ਦੂਖ ਕੇ ਤੇ ਅਗਲੇ ਦਿਨ। ਸਪੀਕਰ ਸਾਹਿਬ ਨੇ ਉਹਨੂੰ ਟਾਈਮ ਦਿੱਤਾ ਪੂਰਾ, ਆਪਣੀ ਗੱਲ ਕਹੀ, ਪਰ ਰਿਸਪੌਂਸ ਤਾਂ ਕੋਈ ਨਹੀਂ ਨਾ ਸਰਕਾਰ ਦੀ ਵੱਲੋਂ। ਐਕਚੁਅਲੀ ਗੱਲ ਇਹ ਹੁੰਦੀ ਹੈ ਕਿ ਅਸੈਂਬਲੀ ਚ ਬੋਲਦੇ ਨੇ, ਮਤਲਬ ਮੈਨੂੰ ਕੋਈ ਗੱਲ ਕਹਿ ਰਿਹਾ ਤਾਂ, ਹਾਲਾਂਕਿ ਇਹ ਡਿਸਕ੍ਰਿਪਸ਼ਨ ਹੀ ਹੁੰਦੀ ਹੈ ਵਿਧਾਨ ਸਭਾ ਦੇ ਰੂਲ ਮੁਤਾਬਕ, ਤਾਂ ਉਹਨਾਂ ਦੀ ਇੱਛਾ ਹੈ, ਦੇਣਾ ਚਾਹੁਣ ਜਵਾਬ ਦੇ ਦਿਓ, ਕੁਐਸਚਨ ਆਵਰ ਜਾਂ ਕਾਲ ਅਟੈਂਸ਼ਨ ਤੋਂ ਬਿਨਾਂ ਕਿ ਉਹਦੇ ਤੇ ਜਵਾਬ ਦੇਣਾ ਹੀ ਪੈਂਦਾ, ਉਹਦੇ ਤੋਂ ਬਿਨਾਂ ਬਾਕੀ ਦੇ ਮਾਮਲੇ ਚ ਸਰਕਾਰ ਦੀ ਇੱਛਾ ਦੇਣਾ ਚਾਹੇ ਜਾਂ ਨਹੀਂ। ਕਈ ਚੀਫ ਮਿਨਿਸਟਰ ਜ਼ਿਆਦਾ ਓਵਰ ਐਕਟਿਵ ਜਿਹੜੇ ਹੁੰਦੇ ਨੇ, ਉਹ ਕਹਿੰਦੇ ਮੈਂ ਦਿੰਦਾ ਕੱਕਾ ਜਵਾਬ, ਇਹਦਾ ਕੋਈ ਨਹੀਂ। ਉਹਨਾਂ ਨੂੰ ਮੌਕਾ ਵੀ ਮਿਲ ਜਾਂਦਾ ਆਪਣੀ ਗੱਲ ਕਰਨ ਦਾ, ਸਗੋਂ ਲੋਕਾਂ ਦੇ ਸਾਹਮਣੇ, ਕਿਉਂਕਿ ਲਾਈਵ ਹੋ ਰਿਹਾ ਹੁੰਦਾ ਵੀ ਬੜੇ ਅਗਰੈਸਿਵ ਨੇ, ਤੇ ਇਹਨਾਂ ਗੱਲਾਂ ਦਾ ਤਾਂ ਜੀ ਵਿਰੋਧੀ ਧਿਰ ਦੀ ਤਾਂ ਤਹਿ ਲਾਤੀ, ਬਾਕੀ ਕਰਤਾ ਇਹੋ ਜਿਹੀਆਂ ਚੀਜ਼ਾਂ ਦਾ ਵੀ ਤਾਂ ਉਹਦੇ ਚ ਹੀ ਵਾਪਰਦੀਆਂ ਨੇ ਜੇਕਰ ਕਰਨਾ ਹੋਵੇ। ਦੋਨੇ ਧਿਰ ਵੱਲੋਂ ਕੋਈ ਬਹੁਤ ਕਿਸਾ ਦਾ ਇਸ ਲੈਵਲ ਦੀ ਗੱਲ ਨਹੀਂ ਉਹ। ਜਿਹੜਾ ਬਾਜਵਾ ਸਾਹਿਬ ਤਾਂ ਬਹੁਤ ਪੜ੍ਹੇ ਲਿਖੇ, ਇੰਨਾ ਲੰਮੇ ਸਮੇਂ ਦੇ ਪਾਰਲੀਮੈਂਟੇਰੀਅਨ ਨੇ, ਉਹਨਾਂ ਦਾ ਸਾਰੀਆਂ ਦੇਖ ਲਈਆਂ ਨੇ ਸੰਸਥਾਵਾਂ, ਪਾਰਲੀਮੈਂਟ ਦੀਆਂ ਵੀ ਔਰ ਅਸੈਂਬਲੀ ਦੀਆਂ ਵੀ, ਮਿਨਿਸਟਰੀ ਦੀਆਂ ਵੀ, ਸਾਰੀਆਂ ਕੁਝ ਨੇ। ਤਾਂ ਕੁਝ ਚੀਜ਼ਾਂ ਲੀਡਰ ਆਫ ਅਪੋਜੀਸ਼ਨ ਨੂੰ ਟੈਕਨੀਕਲੀ ਗੌਰਮੈਂਟ ਨੂੰ ਘੇਰਨ ਦੇ ਲਈ ਚੀਜ਼ਾਂ ਹੁੰਦੀਆਂ ਨੇ, ਉਹ ਰੂਲ ਬੁੱਕ ਪੜ੍ਹ ਕੇ ਕਿ ਆਹ ਇੰਨੇ ਦਿਨ ਉਹਦੇ 'ਚ, ਪਰ ਟਾਈਮ ਬਾਉਂਡ ਹੈ ਕਿ ਤੁਸੀਂ ਇੰਨੇ ਦਿਨ ਪਹਿਲਾਂ ਇੰਨੇ ਬੰਦਿਆਂ ਦੇ ਦਸਖਤ ਵਾਲਾ ਕਾਲ ਅਟੈਂਸ਼ਨ ਦੇਣਾ, ਤਾਂ ਮਤਲਬ 48 ਘੰਟੇ ਪਹਿਲਾਂ ਘੱਟੋ ਘੱਟ ਕੋਈ ਨਾ ਕੋਈ ਗੱਲ ਕਰਨੀ ਹੈ। ਬਾਕੀ ਦੀਆਂ ਚੀਜ਼ਾਂ ਦੇਣੀਆਂ ਨੇ, ਕਿਸੇ ਦਾ 15 ਦਿਨ ਦਾ ਨੋਟਿਸ ਹੈ, ਕਿਸੇ ਦਾ ਹਫ਼ਤੇ ਦਾ ਨੋਟਿਸ ਹੈ, ਕਿਸੇ ਦਾ ਹੋਰ। ਜਾਂ ਤੁਸੀਂ ਉਹ ਹੋਮਵਰਕ ਕਰਕੇ ਨਹੀਂ ਆਉਂਦੇ, ਫਿਰ ਤੁਸੀਂ ਇਹੀ ਹੈ ਵੀ ਚੱਲ ਹੁਣ ਅੱਜ ਬੈਠਿਆ ਕੁੱਝ ਤਾਂ ਕਹੋ, ਨਹੀਂ ਤਾਂ ਲੋਕ ਕਹਿਣਗੇ ਵੀ ਕੁੱਝ ਵੀ ਨਹੀਂ ਕਿਹਾ ਅੱਜ ਵੀ, ਇਹਦੇ ਤਾਂ ਗੱਲ ਕਰੋ। ਹੁਣ ਸਵਾਲ ਜੀਰੋ ਆਵਰ ਦਾ ਵੀ ਹੈ। ਜੀਰੋ ਆਵਰ ਇੱਕ ਇਸ ਲੈਵਲ ਦਾ ਆਵਰ ਦਿੱਤਾ ਜਾਂਦਾ ਜਿਹਦੇ 'ਚ ਕੋਈ ਵੀ ਕੋਈ ਮੁੱਦਾ ਉਠਾ ਦਿਓ ਬਿਨਾਂ ਦੇਖਣ ਜਾਂ ਪੜ੍ਹਨ ਜਾਂ ਬਾਕੀ ਚੀਜ਼ਾਂ ਦੇ ਨਾਲ। ਇਹਦੇ ਲਈ ਵੀ ਇੱਕ ਤਿਆਰੀ ਹੋਣੀ ਚਾਹੀਦੀ ਹੈ, ਕੋਈ ਸਾਰੀ ਬੋਲੀ ਜੋ ਉਹਦਾ ਵੀ ਨਹੀਂ, ਕਿ ਆਪੋਜੀਸ਼ਨ ਵੀ ਇੱਕ ਤਿਆਰੀ ਕਰੇ ਕਿ ਆਹ ਜੀਰੋ ਆਵਰ ਹੈ, ਸਵੇਰ ਤੋਂ ਆਹ ਮੇਨ ਮੁੱਦੇ ਨੇ ਦੋ ਜਿਹਨੂੰ ਪੂਰਾ ਇੰਟੈਂਸ਼ਨਲੀ ਉਠਾਉਣਾ ਤੇ ਉਠਾ ਕੇ ਉਦੋਂ ਬਾਅਦ ਸਰਕਾਰ ਨੂੰ ਮਜਬੂਰ ਕਰਨਾ ਕਿਤੇ ਜਵਾਬ ਦੇ। ਤੇ ਲੋਕ ਪ੍ਰੈਸ਼ਰ ਵੀ ਕਰਦੇ ਨੇ ਨਾ, ਫਿਰ ਵੀ ਇਹਤੇ ਜਵਾਬ ਦਿਓ ਜੋ ਉੱਠਿਆ ਮੁੱਦਾ, ਇਹਦੇ ਤੇ ਕਿਉਂ ਨਹੀਂ ਜਵਾਬ ਦਿੰਦੀ ਸਰਕਾਰ, ਬੋਲਦੀ ਕਿਉਂ ਨਹੀਂ ਇਸ ਸਾਰੇ ਮਾਮਲੇ 'ਚ। ਸਾਹਿਬ ਮੇਰ ਸਿੰਘ ਜੀ, ਮੈਂ ਛੋਟੀ ਜਿਹੀ ਇੱਕ ਬੇਨਤੀ ਕਰਨਾ ਚਾਹੁੰਦਾ ਇੱਥੇ। ਸੰਧਵਾ ਸਾਹਿਬ ਨੇ ਚੁਣ ਚੁਣ ਕੇ ਸਰਕਾਰ ਦੀ ਦੁੱਖ ਦੀ ਰੱਗ ਤੇ ਜਿੱਥੇ ਜਿੱਥੇ ਵੀ ਹੱਥ ਧਰਿਆ, ਜਿਵੇਂ ਸੰਦੀਪ ਜਾਖੜ ਨੇ ਕਿਹਾ ਕਿ ਐਗਰੀਕਲਚਰ ਪਾਲਿਸੀ ਦੇ ਦਰਸ਼ਨ ਕਰਾ ਦਿਓ, ਆਲੇ ਦੁਆਲੇ ਵੀ ਰੌਲਾ ਇਹੀ ਆ, ਉਗਰਾਹਾਂ ਵਾਲੇ ਵੀ ਇਸੇ ਕਰਕੇ ਧਰਨਾ ਲਾ ਕੇ ਬੈਠੇ ਆ, ਉਧਰ ਕੁੰਵਰ ਵਿਜੇ ਪ੍ਰਤਾਪ ਨੂੰ ਉਠਾ ਲਿਆ ਜੀ, ਮੈਂ ਇਹਨਾਂ ਤੋਂ ਸਲਾਹ ਲੈਣੀ ਚਾਹੁੰਦਾ ਇੱਕ FIR ਦੇ ਮਾਮਲੇ 'ਚ। ਕੁੰਵਰ ਸਾਹਿਬ ਨੇ ਖਿੱਚ ਕੇ ਲਿਆ ਕੇ ਮੁੱਦੇ ਨੂੰ ਕਿ ਇੱਥੇ ਤੇ ਮਾਫੀਆ ਰਾਜ ਆ ਆਪਣੀ ਸਰਕਾਰ ਨੂੰ। ਇਹ ਮਤਲਬ ਮੰਜੇ ਹੋਏ ਪੋਲੀਟੀਸ਼ੀਅਨ ਦਾ ਤਰੀਕਾ ਹੁੰਦਾ ਵਾ, ਜਿਹਨੂੰ ਸਾਈਡ ਜੀ ਤੇ ਕੱਢ ਕੇ ਲਾਇਆ ਹੋਵੇ, ਸਭ ਤੋਂ ਉੱਚੀ ਕੁਰਸੀ ਤੇ ਬਿਠਾ ਕੇ, ਜਿਹਦਾ ਦਿਲ ਕਰਦਾ ਹੋਵੇ ਮੈਂ ਮੁੱਖ ਮੰਤਰੀ ਬਣਾ, ਮੈਂ ਵੱਡਾ ਮਿਨਿਸਟਰ ਬਣਾ, 8-10 ਮਹਿਕਮੇ ਮੇਰੇ ਕੋਲ ਵੀ ਹੋਣ, ਕੀ ਕਹਿੰਦੇ? ਨਹੀਂ ਪਤਾ ਨਹੀਂ, ਹੁਣ ਪਹਿਲਾਂ ਤਾਂ ਥੋੜੀ ਬਹੁਤ ਗੱਲ ਸੁਣਦੇ ਸੀ ਸੰਧਵਾ ਸਾਹਿਬ ਨੂੰ, ਹੁਣ ਦੋ ਵੱਡੇ ਵਿਚੋਲੇ ਪੈ ਕੇ ਤਾਂ ਚੀਫ ਮਿਨਿਸਟਰ ਦੀ ਮੀਟਿੰਗ ਕਰਾਇਆ ਇਹਨੇ, ਤੇ ਜੇ ਹੁਣ ਵੀ ਨਹੀਂ, ਪਹਿਲਾਂ ਤਾਂ ਉਹਨਾਂ ਦੇ ਦਫ਼ਤਰ 'ਚ ਆ ਕੇ ਇੱਕ ਵਾਰ ਹੋਈ ਸੀ, ਫਿਰ ਤਾਂ ਸੰਜੇ ਸਿੰਘ ਨਾਲ ਗਿਆ ਸੀਗਾ ਵੀ ਚਲੋ ਜੀ ਘਰ ਕਰ ਲੈਂਦੇ ਆ ਜਾ ਕੇ ਮੀਟਿੰਗ, ਘਰ ਵੀ ਆਪਦੇ। ਪਰ ਉਦੋਂ ਗੱਲ ਇਹ ਹੋਈ ਸੀਗੀ ਕਿ ਤੁਸੀਂ ਘਰ ਵੀ ਆਪਦੇ ਹੀ ਬੁਲਾਉਂਦੇ ਹੋ ਤੇ ਦਫ਼ਤਰ ਕਿਸੇ ਦੇ ਚਲੇ ਜਾਂਦੇ ਹੋ, ਐ ਸਹਿਮਤੀਆਂ ਨਹੀਂ ਹੁੰਦੀਆਂ ਹੁੰਦੀਆਂ, ਗਾਹਾਂ ਵਾਲੇ ਦੇ ਘਰ ਜਾਣਾ ਪੈਂਦਾ, ਜਿਹੜੇ ਬੰਦਾ ਥੋੜਾ ਜਿਹਾ ਨਾਰਾਜ਼ ਲੱਗਦਾ ਹੁੰਦਾ ਤੇ ਉਹਦੇ ਘਰ ਜਾ ਕੇ ਬੈਠਣਾ ਪੈਂਦਾ, ਗੱਲਬਾਤ ਕਰਨੀ ਪੈਂਦੀ ਹੈ, ਕੀ ਹੈ। ਹੁਣ ਇਹ ਇੱਕ ਓਵਰਆਲ ਪਾਰਟੀਆਂ ਦਾ ਸਿਸਟਮ ਵੀ ਹੈ, ਹਰ ਪਾਰਟੀ 'ਚ ਹਾਈਕਮਾਂਡ ਹੈ ਅੱਜ ਕੱਲ੍ਹ, ਉਹ ਹਾਈਕਮਾਂਡ ਵੀ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪਲਾਨ ਕਰਦੀ ਹੈ। ਜਿਵੇਂ ਪਿਛਲੇ ਸਮੇਂ ਦੇ ਵਿੱਚ ਉਹ ਭਗਵੰਤ ਮਾਨ ਅਸਰਟ ਕਰਨ ਦੀ ਟਰਾਈ ਕਰ ਰਹੇ ਨੇ, ਜਿਹੜੇ ਆਹ ਸਾਰੇ ਬੰਦਿਆਂ ਨੂੰ ਸ਼ਾਮਿਲ ਕਰ ਲਿਆ, ਛੱਡ ਲਿਆ, ਕੈਂਡੀਡੇਟ ਚੁਣਤਾ, ਬਾਕੀ ਕਰਤਾ,
ਇਹ ਚ ਕਿਹਾ ਜਾ ਰਿਹਾ ਕਿ ਕਾਫੀ ਡੋਮੀਨੇਟ ਪੋਜੀਸ਼ਨ ਚ ਭਗਵੰਤ ਮਾਨ ਆਪਣੀ ਗੱਲ ਨਾਲ ਕਰ ਰਹੇ ਨੇ, ਪਰ ਉਹ ਇੱਕ ਜਿਹੜਾ ਦੂਜੀ ਗੱਲ ਤੋਰਦੇ ਨੇ ਨਾਲ, ਫਿਰ ਹੋਰ ਲੀਡਰ ਕੌਣ ਹੈ ਜੇ ਇੱਥੇ ਵੀ ਭਗਵੰਤ ਮਾਨ ਨੂੰ ਚੈੱਕ ਕਰਨਾ ਹੈ ਉਹਦੇ ਤੇ, ਵੀ ਤਾਂ ਨਾਲ ਕਿਸੇ ਨੂੰ ਉਭਾਰਨਾ ਹੀ ਪੈਂਦਾ ਨਾ, ਉਸ ਕਪੈਸਿਟੀ ਵਾਲਾ ਬੰਦਾ ਨੀ ਲੱਗਦਾ ਕਰਤਾਰ ਸਿੰਘ ਸੰਧਵਾ ਤੋਂ ਬਿਨਾਂ ਉਹਨਾਂ ਕੋਲ ਇਹੋ ਜਿਹਾ ਕੋਈ ਜਿਹਨੂੰ ਉਭਾਰਿਆ ਜਾ ਸਕੂਗਾ ਕਦੇ। ਜੇ ਹਾਈਕਮਾਂਡ ਇਹ ਸੋਚੂਗੀ ਕਿ ਆਪਾਂ ਕੋਈ ਬੈਲੈਂਸ ਬਣਾਵਾਂਗੇ ਤੇ ਪਾਰਟੀ ਚ ਕਹਾਂਗੇ ਬੰਦੇ ਸਾਡੇ ਕੋਲ ਹੈਗੇ ਨੇ, ਘਾਟ ਨਹੀਂ ਹੈ, ਵੈਸੇ ਤਾਂ ਪਾਰਟੀ ਪੈਦਾ ਨਹੀਂ ਹੋਣ ਦਿੰਦੀ ਬੰਦੇ ਛੇਤੀ ਕੀਤੇ ਉਹ ਸਾਰੇ ਮਾਮਲੇ ਚ, ਪਰ ਕਰਤਾਰ ਸਿੰਘ ਸੰਧਵਾ ਇਸ ਕਰਕੇ ਸ਼ਾਇਦ ਇਹ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ, ਜਿਵੇਂ ਪਹਿਲਾਂ ਉਹਨਾਂ ਨੇ ਪ੍ਰੈਸ ਨੋਟ ਵਾਲਾ ਮਾਮਲਾ ਆਇਆ ਸੀ, ਸੈਕਟਰੀ ਪਬਲਿਕ ਰਿਲੇਸ਼ਨ ਨੂੰ ਲਿਖਤਾ ਸੀ ਜਾਂਚ ਕਰਕੇ ਦੱਸੋ ਇਹ ਕਿਹਨੇ ਰੋਕਿਆ। ਹੋਰ ਕਈ ਮਾਮਲਿਆਂ ਦੇ ਵਿੱਚ ਵੀ ਇਹ ਹੋਇਆ ਸੀ, ਜਿਹੜੀ ਟਰਾਂਸਫਰ ਇੱਕ ਗੱਲ ਕਹੀ ਸੀ ਉਹਨਾਂ ਨੇ ਵੀ ਮੈਂ ਟਰਾਂਸਫਰ ਮੰਗੀ ਸੀ ਤੇ ਉਹ ਟਰਾਂਸਫਰ ਹੋਈ ਕਿਉਂ ਨਹੀਂ। ਇਹ ਕੁਝ ਤਾਂ ਆਪਣਾ ਅਸਰਟ ਕਰਨ ਦਾ ਤਰੀਕਾ ਵੀ ਹੁੰਦਾ ਸਪੀਕਰ ਦਾ, ਇੱਥੇ ਤਾਂ ਸਪੀਕਰ ਦੇ ਕੋਲ ਪੂਰੀ ਲਿਬਰਟੀ ਹੁੰਦੀ ਹੈ ਨਾ ਕਿ ਕਿਹਨੂੰ ਉਹਨੇ ਟਾਈਮ ਕਿੰਨਾ ਦੇਣਾ, ਕਿਹਨੂੰ ਉਹਨੇ ਕਿੰਨਾ ਟਾਈਮ ਦੇਣਾ ਤੇ ਦੇ ਸਕਦੇ ਨੇ ਉਸ ਰੂਪ ਚ। ਹਾਂ, ਸਪੀਕਰ ਦੇ ਹੱਥ ਚ ਇਹ ਨਹੀਂ ਹੈ ਕਿ ਉਹ ਟਾਈਮ ਵਧਾ ਦੇਣ ਵੀ ਸੈਸ਼ਨ ਮੈਂ 5 ਦਿਨ ਦਾ ਕਰਦਾ, ਮੈਂ 7 ਦਿਨ ਦਾ ਕਰਦਾ, ਇਹ ਤਾਂ ਗੌਰਮੈਂਟ ਡਿਸਾਈਡ ਕਰਦੀ ਹੈ। ਜਦੋਂ ਹਾਊਸ ਚੱਲ ਰਿਹਾ ਹੁੰਦਾ ਉਦੋਂ ਹਾਊਸ ਡਿਸਾਈਡ ਕਰਦਾ ਮੈਜੋਰਟੀ ਨਾਲ, ਜੇ ਵਧਾਉਣਾ ਵੀ ਹੋਵੇ ਵੀ 2 ਦਿਨ 4 ਦਿਨ ਆਪਾਂ ਕਰ ਰਹੇ ਨੇ, ਉੱਥੇ ਰੈਜੂਲੇਸ਼ਨ ਆਉਂਦਾ ਬਕਾਇਦਾ। ਇਸੇ ਸਮੇਂ ਦੇ ਦੌਰਾਨ ਇਦੋਂ ਵੀ ਜ਼ਿਆਦਾ ਇੱਕ ਗੱਲ ਇਹ ਜ਼ਰੂਰ ਹੈ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਲਗਾਤਾਰ ਹੀ ਆਈਸੋਲੇਟਡ ਨੇ ਇੱਕ ਟਾਈਪ ਦੇ, ਉਹ ਬਰਗਾੜੀ ਨੂੰ ਲੈ ਕੇ ਆਪਣੀ ਗੱਲ ਕਰਦੇ ਰਹਿੰਦੇ ਨੇ, ਕਰਪਸ਼ਨ ਨੂੰ ਲੈ ਕੇ ਆਪਣੀ ਗੱਲ ਹੁਣ ਦੁਬਾਰਾ ਕਰ ਰਹੇ ਨੇ, ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਉੱਥੇ 2 ਪੁਲਿਸ ਅਫਸਰ ਆਹ ਕਰ ਰਹੇ ਨੇ, ਉਹਨਾਂ ਨੂੰ ਘੱਟੋ ਘੱਟ ਬਦਲੀ ਦਿਓ, ਕੋਈ ਸੁਣਵਾਈ ਸੁਣਵਾਈ ਮੈਨੂੰ ਨੀ ਲੱਗਦਾ ਕੋਈ ਸੁਣਵਾਈ ਹੈ ਉਹਨਾਂ ਦੀ। ਤਾਂ ਇੱਕ ਲੈਵਲ ਤੇ ਉਹਨੇ ਇਹ ਕਰਤਾ, ਅੱਜ ਇੱਕ ਟਾਈਮ ਮੰਗ ਲਿਆ ਸਪੀਕਰ ਤੋਂ, ਉਹ ਕਹਿੰਦੇ ਜੀ ਇਹ ਗੱਲ ਤਾਂ ਮੈਂ ਕਰ ਰਿਹਾ ਐਵੇਂ, ਤੁਸੀਂ ਜੇ ਮੇਰੇ ਤੋਂ ਮੰਗਿਆ ਨਾ, ਮੈਂ ਕਹਿ ਰਿਹਾ ਵੀ ਆਹ ਚੀਜ਼ਾਂ ਹੁਣ ਹੈ ਨਹੀਂ ਹੈ, ਮਾਫੀਆ ਚਲਾ ਰਿਹਾ, ਪਰ ਮੈਂ ਬਰਗਾੜੀ ਔਰ ਕਿਸਾਨੀ ਤੇ ਵੀ ਟਾਈਮ ਚਾਹੁੰਦਾ ਮੈਨੂੰ ਬੋਲਣ ਦਾ ਮੌਕਾ। ਉਹ ਕਹਿੰਦੇ ਜ਼ਰੂਰ ਮਿਲੇਗਾ ਅੱਗੇ, ਜ਼ਰੂਰ ਮਿਲੇਗਾ, ਅੱਗੇ ਇੱਕ ਤਾਂ ਆਧਾਰ ਤਾਂ ਬਣਾ ਲਿਆ ਨਾ ਅੱਗੇ ਦੇਣ ਦਾ, ਮੈਂ ਕਿਹਾ ਹੁਣ ਉਹ ਕੀ ਕਹਿਣਗੇ ਆਪਣੀ ਸਰਕਾਰ ਦੇ ਬਾਰੇ ਜਾਂ ਸਰਕਾਰ ਦੇ ਮਾਮਲਿਆਂ ਦੇ ਵਿੱਚ। ਸਾਹਮੀਰ ਸਿੰਘ ਜੀ, ਕੁੰਵਰ ਵਿਜੇ ਪ੍ਰਤਾਪ ਨੇ ਬਾਰ ਬਾਰ ਇਹ ਗੱਲ ਕਹੀ ਆ ਕੈਟੇਗੋਰਿਕ ਵੀ ਤੁਹਾਡੀ ਕੁਰਸੀ ਚ ਤਾਕਤ ਬੜੀ ਆ, ਹੁਣ ਕੁਲਤਾਰ ਸਿੰਘ ਸੰਧਵਾ ਹੋਣਾ ਦੀ ਕੁਰਸੀ ਨੂੰ ਉਹਨਾਂ ਨੇ ਚੱਕ ਕੇ ਇੱਥੇ ਖੜਾ ਕਰਤਾ ਵੀ ਤਾਕਤ ਬੜੀ ਹੈ ਜੀ, ਜੋ ਤੁਸੀਂ ਚਾਹੋ ਕਰ ਸਕਦੇ ਹੋ, ਉਹ ਮੈਨੂੰ ਟਾਈਮ ਦੇ ਦਿਓ, ਉਹ ਕਹਿੰਦੇ ਟਾਈਮ ਦੇ ਦਿੱਤਾ ਤੁਹਾਨੂੰ, ਵੇਖੋ ਤਰੀਕਾ। ਹੁਣ ਮੈਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਟਾਈਮ ਮਿਲਦਾ ਦੇਖ ਕੇ ਇੰਜ ਲੱਗ ਰਿਹਾ ਕਿ ਜੇ ਅੱਜ ਮਾਫੀਆ ਦੀ ਗੱਲ ਏਡੇ ਵੱਡੇ ਪੱਧਰ ਤੇ ਹੋਈ, ਕਹਿੰਦੇ ਜੀ ਅਸੀਂ ਤਾਂ ਆਏ ਸੀ ਕੁਝ ਹੋਰ ਸੋਚ ਕੇ, ਮੇਰੀ 9 ਸਾਲ ਨੌਕਰੀ ਰਹਿੰਦੀ ਸੀ ਲੇਕਿਨ ਕੁਝ ਹੋਰ ਸੋਚ ਕੇ ਆਏ ਸੀ, ਇਹਦਾ ਮਤਲਬ ਉਹ ਕੁਝ ਹੋਰ ਹੋ ਰਿਹਾ ਜੀ। ਅਸਿੱਧੇ ਰੂਪ ਦੇ ਵਿੱਚ ਸਰਕਾਰ ਆਪਣੀ ਘੇਰ ਲਈ ਤੇ ਰਲ ਕੇ ਦੋਵਾਂ ਜਾਣਿਆਂ ਨੇ ਘੇਰ ਲਈ। ਸਿੱਧੇ ਨੇ ਇੱਥੇ ਤਾਂ ਮਾਫੀਆ ਕਿ ਉਹਨੇ ਸਿੱਧੇ ਰੂਪ ਚ ਹੀ ਕਹਿ ਰਿਹਾ, ਉਹ ਤਾਂ 2 ਦੇ ਤਾਂ ਐਸਪੀ ਤੇ ਡੀਐਸਪੀ ਦਾ ਉਹਨੇ ਨਾਂ ਲਿਆ ਸੀ ਵੀ ਆਹ ਨੇ ਜਿਹੜੇ ਇੱਥੇ ਵੇਚ ਰਹੇ ਨੇ ਤੁਸੀਂ ਇਹਨਾਂ ਨੂੰ ਬਦਲ ਦਿਓ। ਕੱਲੀ ਕੱਲੀ ਗੱਲ ਸਿੱਧੇ ਰੂਪ ਦੇ ਵਿੱਚ ਅਸਿੱਧਾ ਕੰਮ ਨਹੀਂ ਹੈ, ਜਦੋਂ ਬੰਦਾ ਜਾਂ ਤਾਂ ਉਹਦੇ ਖਿਲਾਫ਼ ਕੋਈ ਕਾਰਵਾਈ ਕਰੋ ਕਿ ਸਰਕਾਰ ਦੀ ਮਾਨਹਾਨੀ ਕਰ ਰਿਹਾ, ਬੰਦਿਆਂ ਨੂੰ ਗਲਤ ਨੇਮ ਕਰ ਰਿਹਾ, ਗਲਤ ਬੰਦਿਆਂ ਦਾ ਰੈਪੂਟੇਸ਼ਨ ਖਰਾਬ ਕਰ ਰਿਹਾ, ਬਾਕੀ ਦੀਆਂ ਚੀਜ਼ਾਂ ਨੇ, ਜਾਂ ਤਾਂ ਇੱਕ ਇਹ ਸਾਈਡ ਹੁੰਦੀ ਹੈ। ਉਹਨੇ ਤਾਂ ਉੱਥੇ ਬੈਬਰ ਕਲਾਂ ਬਰਗਾੜੀ ਜਿਹੜਾ ਮੋਰਚਾ ਸੀ, ਜਦੋਂ ਸਪੀਕਰ ਸਾਹਿਬ ਬੈਠੇ ਸੀ ਨਾਲ, ਜਦੋਂ 2 ਬੰਦੇ ਗਏ, ਸਪੀਕਰ ਸਾਹਿਬ ਵਾਰ ਵਾਰ ਕਹਿ ਕੇ ਆਉਂਦੇ ਸੀਗੇ ਮੈਂ ਤੁਹਾਡੇ ਨਾਲ ਬੈਠੂੰਗਾ ਜੇਕਰ ਇੰਨੇ ਸਮੇਂ ਦੇ ਵਿੱਚ ਇਨਸਾਫ਼ ਨਾ ਮਿਲਿਆ। ਉਦੋਂ ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਦੇ ਬੈਠੇ ਕਿਹਾ ਸੀ ਕਿ ਪੰਜਾਬ ਨਾਲ ਦੁਬਾਰਾ ਠੱਗੀ ਹੋਗੀ, ਮੇਰੇ ਨਾਲ ਵੀ ਹੋਗੀ, ਤੇ ਨਹੀਂ ਮਿਲੂਗਾ ਇਨਸਾਫ਼ ਹੁਣ ਕਚਹਿਰੀ ਚੋਂ ਨਹੀਂ ਮਿਲ ਸਕਦਾ ਕਿਉਂਕਿ ਬਦਲ ਇੰਨਾ ਕੁਛ ਗਿਆ, ਹੁਣ ਤਾਂ ਗੁਰੂ ਗੋਬਿੰਦ ਸਿੰਘ ਦੀ ਅਦਾਲਤ 'ਚ ਮਿਲੂਗਾ। ਉਹ ਤਾਂ ਇਸ ਗੱਲ ਨੂੰ ਤਾਂ ਸਾਹਮਣੇ ਉੱਠ ਹੀ ਰਹੀ ਹੈ ਲਗਾਤਾਰ ਨਾ, ਜਿਹੜੀ ਉਹਨੂੰ ਕਾਊਂਟਰ ਨਹੀਂ ਕੀਤਾ ਜਾ ਰਿਹਾ ਕਿਸੇ ਲੈਵਲ ਦੇ ਉੱਤੇ, ਇਸ ਲੈਵਲ ਤੇ ਜਿੱਥੇ ਸਰਕਾਰ ਕੋਲ ਬਾਕੀ ਤੱਥ ਨੇ ਦਲੀਲਾਂ ਨੇ ਕਿ ਉਹ ਬਿਨਾਂ ਮਤਲਬ ਅਕਸ਼ ਖਰਾਬ ਕਰ ਰਹੇ ਨੇ ਸਰਕਾਰ ਦਾ, ਇਹੋ ਜਿਹੀ ਕੋਈ ਗੱਲ ਨਹੀਂ। ਤੱਥ ਹੋਰ ਕਹਿੰਦੇ ਨੇ, ਦਲੀਲ ਹੋਰ ਕਹਿੰਦੀ ਹੈ, ਉਹ ਸਾਡੇ ਕੋਲ ਹੈ,
ਕਿਤੇ ਕੋਈ ਰਿਐਕਸ਼ਨ ਨਹੀਂ ਆਇਆ ਉਸ ਸਾਰੇ ਮਾਮਲੇ ਦੇ ਉੱਤੇ। ਬਾਕੀ ਸੰਧਵਾ ਸਾਹਿਬ ਦੀ ਇੱਥੇ ਗੱਲ ਹੈ, ਖੈਰ ਉਹਨਾਂ ਨੇ ਹੋਰਾਂ ਨੂੰ ਵੀ ਬਹੁਤ ਨੂੰ ਮੌਕਾ ਦਿੱਤਾ, ਹੁਣ ਕਈ ਜੇ ਝਿਜਕਦੇ ਬੋਲਦੇ ਹੀ ਨਹੀਂ ਹੈ। ਮਨ ਨੂੰ ਮੌਕਾ ਤਾਂ ਦਿੱਤਾ ਹੀ ਹੈ ਨਾ, ਇੱਕ ਜ਼ਮਾਨੇ 'ਚ ਜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਕੋਰ ਕਮੇਟੀ 'ਚ ਕੋਈ ਬੋਲਦਾ ਹੀ ਨਹੀਂ ਸੀ, ਚੁੱਪ ਕਰਕੇ ਵਾਪਸ ਆ ਜਾਂਦੇ, ਹੁਣ ਬੋਲਣ ਲੱਗੇ ਨੇ, ਜਿਹੜੇ ਇਕੱਲਾ ਇਕੱਲਾ ਬੋਲੀ ਜਾਂਦਾ ਹੈ। ਜੇ ਇੰਨਾ ਪਹਿਲਾਂ ਬੋਲਦੇ ਹੁੰਦੇ ਤਾਂ ਇੱਥੇ ਤੱਕ ਨੌਬਤ ਨਹੀਂ ਸੀ ਆਉਂਦੀ। ਇਸੇ ਤਰ੍ਹਾਂ ਜੇ ਹੁਣ ਸਰਕਾਰ ਦੇ ਮਾੜਾ ਮੋਟੀ ਕੋਈ ਗੱਲ ਹੈ, ਉਠਾਉਣਗੇ ਸਾਰੇ ਬੰਦੇ ਅੰਦਰ ਜਾਂ ਕਿਤੇ ਕੋਈ ਗੱਲ ਕਰਨਗੇ ਤਾਂ ਹੋ, ਮੈਜੋਰਟੀ ਬੋਲ ਨਹੀਂ ਸਕਦੇ ਤੇ ਬੋਲਦੇ ਨਹੀਂ ਹੈ। 92 ਬੰਦੇ ਆਪਣੀ ਸਰਕਾਰ ਦੀ ਪ੍ਰੇਜ ਕਰਨ ਲਈ ਕੋਈ ਖੜਾ ਹੋਊਗਾ, ਉਹਨੂੰ ਵਾਲਾ ਸੁਣਦੇ ਨਹੀਂ ਹੁੰਦੇ ਲੋਕ। ਲੋਕ ਤਾਂ ਲੋਕਾਂ ਦੇ ਇਸ਼ੂ ਲਈ ਸੁਣਦੇ ਨੇ ਨਾ, ਔਰ ਦੂਜੇ ਜਿਹੜੇ ਆਪੋਜੀਸ਼ਨ ਵਾਲੇ ਨੇ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ, ਜੇ 92 ਦੇ ਮੁਤਾਬਕ ਆਪਾਂ ਗੱਲ ਦੇਖਦੇ ਹਾਂ। ਟਾਈਮ ਤਾਂ ਮੇਰਾ ਖਿਆਲ ਖੁੱਲ੍ਹਾ ਹੀ ਖੁੱਲ੍ਹਾ, ਕੋਈ ਬਿਜ਼ਨਸ ਵਾਲੀ ਗੱਲ ਹੈ ਹੀ ਨਹੀਂ ਹੈ। ਇੱਕ ਦੋ ਕਾਨੂੰਨ ਲਿਆਉਣੇ ਨੇ, ਬਿੱਲ ਲਿਆਉਣੇ ਨੇ, ਉਹ ਲਿਆ ਕੇ ਸਰਕਾਰ 10 ਮਿੰਟ 'ਚ ਪਾਸ ਕਰਾ ਦੂਗੀ। ਆ ਇੱਕਾ ਦੁੱਕਾ ਸੋਧਾ ਸੁਧਾ ਨੇ ਛੋਟੀਆਂ ਮੋਟੀਆਂ, ਕੋਈ ਬਹੁਤ ਵੱਡੀ ਗੱਲ ਤਾਂ ਹੈ ਨਹੀਂ ਹੈ ਜਿਹਦੇ ਤੇ ਕੋਈ ਗੱਲ ਕਰਨੀ ਹੈ। ਨਹੀਂ ਤਾਂ ਗੱਲ ਕਰਨ ਦੇ ਵਾਸਤੇ ਇਹ ਪ੍ਰਪੋਜ਼ਲ ਜਾ ਜਾਣੀਆਂ ਚਾਹੀਦੀਆਂ ਸੀ, ਆਉਣੀਆਂ ਚਾਹੀਦੀਆਂ ਸੀ ਕਿਸੇ ਨਾ ਕਿਸੇ ਰੂਪ 'ਚ, ਚਾਹੇ ਉਹ ਮੁੰਡੇ ਨਾਲੇ ਦਾ ਸਮੱਸਿਆ ਹੈ, ਚਾਹੇ ਉਹ ਜੀਰੇ ਦੇ ਅਜੇ ਵੀ ਬੈਠੇ ਹੋਏ ਨੇ ਬੰਦੇ ਸਾਲ ਤੋਂ ਵੱਧ। ਇਹ ਸਵਾਲ ਤਾਂ ਲਾਇਆ ਹੀ ਜਾ ਸਕਦਾ ਸੀ ਕਿਸੇ ਲੋਕਲ MLA ਵੱਲੋਂ ਨਾ, ਕਿ ਮੇਰੇ ਇਲਾਕੇ ਦੇ ਬੰਦੇ ਸਾਲ ਤੋਂ ਵੱਧ ਤੇ ਬੈਠੇ ਨੇ, ਦੱਸੋ ਜੀ ਸਰਕਾਰ ਦਾ ਅਸਲ ਫੈਸਲਾ ਹੈ ਕੀ, ਉਹ ਟੈਂਪਰੇਰੀ ਬਣਦਾ ਜਾਂ ਕੋਈ ਪਰਮਾਨੈਂਟ ਗੱਲ ਹੋਊਗੀ। ਇਹ ਤਾਂ ਬੜਾ ਸਧਾਰਨ ਜੀਆਂ ਗੱਲਾਂ ਹੁੰਦੀਆਂ ਨੇ, ਇਹਨਾਂ ਤੋਂ ਤਾਂ ਕੁਐਸਚਨ ਵੀ ਜੇ ਰੇਜ਼ ਨਹੀਂ ਹੁੰਦੇ ਤਾਂ ਵਿਧਾਨ ਸਭਾ 'ਚ MLA ਕੀ ਰੋਲ ਨਿਭਾ ਰਹੇ? ਕਿੱਥੇ MLAs ਦੀ ਤਰਜੀਹ ਹੈ ਜੀ ਵਿਧਾਨ ਸਭਾ, ਉਹ ਤਾਂ ਕਿਤੇ ਬਦਲੀ ਬੁਦਲੀ ਕਰਾਉਣ ਲਈ ਜਾਂਦੇ ਨੇ ਮਾੜਾ ਮੋਟਾ ਇੱਥੇ। ਨਹੀਂ, ਇਹਨਾਂ ਦੇ ਇੱਕ ਇੱਕ ਵੋਕਲ MLA ਗਿਣਿਆ ਜਾਂਦਾ ਤੁਸੀਂ ਦੇਖੋ, ਤੇ 90 ਤੋਂ MLA ਆ, ਉਹ ਵਿਚਾਰਾ ਸੱਟ ਖਾ ਚੁੱਕਿਆ ਸ਼ਾਇਦ, ਇਸ ਲਈ ਨਹੀਂ ਬੋਲ ਰਿਹਾ ਮੁੜ ਕੇ। ਕੱਲ ਡਾਕਟਰ ਗਾਂਧੀ ਗਏ ਨੇ 90 'ਚ, 1 ਮਹੀਨੇ ਤੋਂ ਮਨਰੇਗਾ ਬਾਰੇ ਵਰਕਰ ਨੇ, ਕੱਲ ਗਾਂਧੀ ਉਹਨਾਂ ਦੇ ਵਿੱਚ ਬੈਠ ਕੇ ਬੋਲ ਰਹੇ ਨੇ ਲਗਾਤਾਰ ਕਿ ਮੈਂ ਗਵਰਨਮੈਂਟ ਆਫ ਇੰਡੀਆ 'ਚ ਉਠਾਊਂਗਾ, ਭਗਵੰਤ ਮਾਨ ਨੂੰ ਵੀ ਚਿੱਠੀ ਲਿਖੂੰਗਾ, ਸਾਰੇ ਕਿਤੇ ਹੈ। ਕਿਉਂਕਿ ਉਹ ਐਕਟਿਵਿਸਟ ਆਦਮੀ ਹੈ, ਜਿਵੇਂ ਕਿਹਾ ਜਾਂਦਾ ਨਾ, ਕਿਸੇ ਦਾ ਵੀ ਹੋਵੇ, ਬਾਕੀ ਨਹੀਂ ਜਾਂਦੇ ਦੇਖਦੇ, ਕਾਂਗਰਸੀ ਵੀ ਕਿਤੇ ਨਹੀਂ ਦਿਖਾਈ ਦੇਣਗੇ, ਤੇ ਉਹ ਜਾ ਕੇ ਉੱਥੇ ਘੰਟਾ ਬੈਠ ਕੇ ਪੂਰਾ ਗੱਲਬਾਤ ਕਰਕੇ ਆਇਆ, ਤੇ ਸਮਝ ਕੇ ਉਹਨੇ ਗੱਲਾਂ ਕੀਤੀਆਂ ਨੇ ਜਿਹੜੀਆਂ ਕਿ ਸਟੇਟ ਗਵਰਨਮੈਂਟ ਨੂੰ ਆਹ ਕਰਨਾ ਚਾਹੀਦਾ, ਬਾਕੀ ਆਹ ਕਰਨਾ ਚਾਹੀਦਾ, ਬਾਕੀ ਆਹ ਕਰਨਾ ਚਾਹੀਦਾ। ਤਾਂ ਉਹਦੇ ਤੋਂ ਸਹਾਰਾ ਲੈ ਕੇ ਇੱਕ MLA ਦੇ ਲੋਕਲਾਈਜ ਉਸ ਖਿੱਤੇ 'ਚ ਇੱਕ ਪਾਰਲੀਮੈਂਟ ਮੈਂਬਰ ਬੈਠ ਕੇ ਗਿਆ ਇੱਕ ਦਿਨ ਪਹਿਲਾਂ, ਉਹ ਇਸ਼ੂ MLA ਦੇ ਵੀ ਜ਼ਿੰਮੇਵਾਰੀ ਬਣਦੀ ਸੀ, ਉਠਾ ਦੇਣੀ ਚਾਹੀਦੀ ਸੀ ਵੀ ਜੀ ਉੱਥੇ ਸਾਡੇ ਆਹ ਮਾਮਲਾ ਚੱਲ ਰਿਹਾ, ਇਹਦੇ ਵੱਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਤੇ ਇੰਨੀ ਕੁ ਗੱਲ ਤਾਂ ਕਹੀ ਹੋ ਜਾ ਸਕਦੀ, ਕੋਈ ਸਰਕਾਰ ਦੇ ਖਿਲਾਫ਼ ਵੀ ਨਹੀਂ ਹੈ, ਜੇ ਇੰਨੀ ਕਹਿਣੋ ਵੀ ਹਟ ਗਏ ਬੰਦੇ ਤਾਂ ਫਿਰ ਹੋਰ ਕੀ ਕਰਨਗੇ ਜੀ, ਆਪਣੇ ਹਲਕੇ ਦੀਆਂ ਉਹ ਸਮੱਸਿਆਵਾਂ ਵੀ ਨਹੀਂ ਉਠਾ ਰਹੇ। ਦੇਖੋ ਸਿਆਸਤਦਾਨ ਹਮੇਸ਼ਾ ਹੁੰਦੇ ਨੇ ਉਦਾਹਰਨ ਨਾਲ ਪੇਸ਼, ਤੇ ਉਦਾਹਰਨ ਨਾਲ ਪੇਸ਼ ਹੋਈ ਸਰਕਾਰ, ਅਗਲਾ ਕਹਿੰਦਾ ਸੀ ਮੇਰਾ ਵੀ ਹੱਕ ਬਣਦਾ ਹੈ ਤੇ ਮੈਂ ਵੀ ਡਿਜ਼ਰਵ ਕਰਦਾ ਡੈਪਟੀ CM ਬਣਨ ਲਈ, ਅਗਲੇ ਉਦਾਹਰਨ ਨਾਲ ਪੇਸ਼ ਹੋਏ, ਕਹਿੰਦੇ ਚਲੋ ਵੇਖਦੇ ਆ ਤੁਸੀਂ MLA ਵੀ ਕਿੰਨੇ ਕੁ ਪਾਣੀ 'ਚ ਹੋਵੋਗੇ। ਸੰਧਵਾ ਸਾਹਿਬ ਦਾ ਵੀ ਉਹ ਪ੍ਰੈਸ ਨੋਟ ਜਦੋਂ ਰੁਕਿਆ ਸੀ ਨਾ, ਉਹ ਚੌਥੇ ਕੁ ਦਿਨ ਕਿਸੇ ਨਾ ਕਿਸੇ ਮਹਿਕਮੇ ਨਾਲ ਜੁੜੇ ਸੈਮੀਨਾਰ ਦੇ ਵਿੱਚ ਇਕੱਠਿਆਂ ਕਰ ਲੈਂਦੇ ਸੀ ਸਾਰੇ ਅਫਸਰਾਂ ਨੂੰ ਤੇ ਐਕਸਪਰਟਸ ਨੂੰ, ਇੱਕ ਦਿਨ ਉਹਨਾਂ ਦਾ ਵੀ ਰੋਕ ਲਿਆ ਮੇਰਾ ਨਹੀਂ ਖਿਆਲ, ਉਸ ਤੋਂ ਬਾਅਦ ਕਿਸੇ ਗੱਲ ਦੇ ਉੱਤੇ ਹੋਰ ਉਹਨਾਂ ਨੇ ਕੋਈ ਸੱਦੀ ਮੀਟਿੰਗ। ਸਰ ਜਗਤਾਰ ਸਿੰਘ ਜੀ, ਅੱਜ ਜਦੋਂ ਵਿਧਾਨ ਸਭਾ ਦੇ ਵਿੱਚ ਕਾਰਵਾਈ ਚੱਲ ਰਹੀ ਸੀ ਤਾਂ ਦੋ, ਇੱਕ ਕਿਸਾਨਾਂ ਦੀ ਮਹਾਂਪੰਚਾਇਤ SKM ਦੀ, ਤੇ ਦੂਜੇ ਬੰਨੇ ਉਗਰਾਹਾਂ ਧੜੇ ਨੇ ਇੱਕ ਮਾਰਚ ਵੀ ਕੱਢਿਆ ਚੰਡੀਗੜ੍ਹ ਦੇ ਵਿੱਚ ਹੀ। ਹੁਣ ਕਿਸਾਨੀ ਦਾ ਮੁੱਦਾ ਤਾਂ ਅਹਿਮ ਮੁੱਦਾ, ਆਪਾਂ ਇਸ ਗੱਲ ਨੂੰ ਛੱਡ ਵੀ ਲਈਏ ਕਿ ਕੀ ਹੋਇਆ ਦੋਵੇਂ ਪਾਸੇ ਕਿਸਾਨੀ ਜਥੇਬੰਦੀਆਂ ਵੱਲੋਂ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਐਡਰੈਸ ਹੋਇਆ ਸ਼ੰਭੂ ਬਾਰਡਰ ਦੇ ਮਾਮਲੇ 'ਚ, ਹਰਿਆਣੇ ਦੀ ਪਟੀਸ਼ਨ ਸੀ ਸ਼ਾਇਦ, ਔਰ ਉਹਦੇ ਵਿੱਚ ਕਮੇਟੀ ਦਾ ਗਠਨ ਹੋਇਆ, ਕਮੇਟੀ ਦੇ ਵਿੱਚ ਪੰਜਾਬ ਦੇ ਹੀ ਅਹਿਮ ਬੰਦੇ ਪਾਏ ਗਏ ਨੇ, ਹੁਣ ਇਹ ਬਹੁਤ ਅਹਿਮ ਨੇ ਜਾਂ ਅਹਿਮ ਨੇ, ਇਹ ਸਵਾਲ ਹੈ। ਇਹਨਾਂ ਦੀ ਗੱਲ ਕੌਣ ਸੁਣੂਗਾ, ਕਿਵੇਂ ਸੁਣੂਗਾ, ਕਿ ਕਿਸਾਨੀ ਜਥੇਬੰਦੀਆਂ ਦੇ ਆਗੂ ਇਹਨਾਂ ਦੀ ਸੁਣ ਲੈਣਗੇ? ਇੱਕ ਸਾਬਕਾ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤੇ 4 ਮੈਂਬਰ ਹੋਰ, ਜਿਹਨਾਂ ਦੇ ਵਿੱਚ ਦਵਿੰਦਰ ਸ਼ਰਮਾ ਵੀ ਨੇ,
ਆਰ ਐਸ ਰਣਜੀਤ ਸਿੰਘ ਘੁੰਮਣ ਵੀ ਹੈਗੇ ਨੇ ਔਰ ਇਹਦੇ ਨਾਲ ਡਾਕਟਰ ਸੁਖਪਾਲ ਸਿੰਘ ਵੀ ਨੇ ਔਰ ਇੱਕ ਹਰਿਆਣੇ ਤੋਂ ਲਿਆ ਸਾਬਕਾ ਡੀ ਜੀ ਪੀ ਤੇ ਇੱਕ ਸਪੈਸ਼ਲ ਇਨਵਾਈਟੀ ਵੀ ਪਾਏ ਗਏ ਨੇ। ਮੈਂ ਤੁਹਾਡੇ ਤੋਂ ਇੱਕ ਟਿੱਪਣੀ ਚਾਹੁੰਦਾ ਜੀ। ਜਸਟਿਸ ਨਵਾਬ ਸਿੰਘ ਇਹਦੇ ਕਮੇਟੀ ਦੇ ਹੈੱਡ ਕਰਨਗੇ ਤੇ ਬਾਕੀ ਐਕਸਪਰਟਸ ਹੈਗੇ ਆ ਕਿ ਡੀ ਜੀ ਪੀ ਛੱਡ ਕੇ ਹੁਣ ਪਤਾ ਨਹੀਂ ਉਹ ਡੀ ਜੀ ਪੀ ਉਰੀ ਕਿਸ ਕਪੈਸਿਟੀ 'ਚ ਹੈਗੇ ਆ ਜਾਂ ਕਿਵੇਂ ਕਮੇਟੀ ਨੂੰ ਆਪਣੇ ਇਹਨੂੰ ਅਸਿਸਟ ਕਰਨਗੇ। ਆਪਾਂ ਪਹਿਲਾਂ ਗੱਲ ਕਰ ਰਹੇ ਸੀ ਅਸੈਂਬਲੀ ਦੀ ਵੀ ਉੱਥੇ ਬਿਜ਼ਨਸ ਹੈ ਨਹੀਂ। ਅੱਜ ਜਿਹੜੇ ਤੁਸੀਂ ਕਿਹਾ ਵੀ ਦੋ ਡਿਫਰੈਂਟ ਗਰੁੱਪਸ ਕਿਸਾਨਾਂ ਦੇ ਚੰਡੀਗੜ੍ਹ 'ਚ ਆਪਣਾ ਮੁਜ਼ਾਹਰਾ ਕਰ ਰਹੇ ਹੈ, ਇਹੀ ਇਸ਼ੂ ਸੀ ਅਸੈਂਬਲੀ 'ਚ ਟੇਕ ਅਪ ਕਰਨ ਦਾ। ਬਾਹਰ ਇਹ ਕਰ ਰਹੇ ਸੀਗੇ ਰੰਧਾਵਾ ਜੀ ਅਤੇ ਅੰਦਰ ਇਹ ਇਸ਼ੂ ਟੇਕ ਅਪ ਹਾਊਸ ਦੇ ਵਿੱਚ ਅਪੋਜੀਸ਼ਨ ਨੂੰ ਟੇਕ ਅਪ ਕਰਨਾ ਚਾਹੀਦਾ ਸੀਗਾ। ਇਹ ਰੋਲ ਹੁੰਦਾ, ਇਹ ਇਸ ਤਰ੍ਹਾਂ ਇਹ ਟੇਕ ਅਪ ਕੀਤਾ ਜਾਂਦਾ। ਮੈਂ ਪੁਆਇੰਟਡ ਹੁਣ ਇਹ ਗੱਲ ਕਰ ਦਿੰਦਾ, ਤਰੀਕਾ ਇਹੀ ਹੁੰਦਾ ਵੀ ਬਾਹਰ ਕੀ ਹੋ ਰਿਹਾ ਤੁਸੀਂ ਅੰਦਰ ਤੁਸੀਂ ਟੇਕ ਅਪ ਕਰੋ। ਹੁਣ ਮੈਨੂੰ ਪਤਾ ਨਹੀਂ ਕਿ ਟੇਕ ਅਪ ਕਿਸੇ ਨੇ ਅੰਦਰ ਕੀਤੇ ਆ ਨਹੀਂ। ਬਾਜਵਾ ਨੇ ਜ਼ਿਕਰ ਕੀਤਾ ਸੀ ਕਦੇ? ਹਾਂਜੀ ਨਹੀਂ, ਬਾਹਰ ਕੀਤਾ ਕਿ ਅੰਦਰ ਕੀਤਾ? ਅੰਦਰ ਅੰਦਰ ਕੀਤਾ, ਅੰਦਰ ਕੀਤਾ। ਹਾਂ, ਜਦੋਂ ਸਪੀਕਰ ਅੰਦਰ 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 ਡਿਸਕਸ਼ਨ ਮੰਗਣੀ ਚਾਹੀਦੀ ਸੀ ਅੱਜ ਇੱਥੇ। ਨਹੀਂ, ਮੰਗੀ ਉਹਨਾਂ ਨੇ, ਮੰਗੀ ਉਹਨਾਂ ਨੇ। ਹਾਂ, ਸੋ ਤਰੀਕਾ ਇਹ ਹੁੰਦਾ ਵੀ ਅੰਦਰ ਡਿਸਕਸ਼ਨ ਮੰਗੋ ਤੇ ਬਾਹਰ ਇਹ ਕਰ ਰਹੇ। ਹੁਣ ਕਮੇਟੀ ਬਣ ਗਈ ਤੇ ਸੁਪਰੀਮ ਕੋਰਟ ਦਾ ਵਿਊ ਹੈ ਕਿ ਵੰਸ ਫਾਰ ਆਲ ਤਾਂ ਚਲੋ ਹੁੰਦਾ ਹੀ ਨਹੀਂ ਕਦੇ, ਕਿ ਜਿਹੜੇ ਇਮੀਡੀਏਟ ਇਸ਼ੂ ਜਿਨ੍ਹਾਂ 'ਤੇ ਮੁਜ਼ਾਹਰਾ ਹੋ ਰਿਹਾ ਹੁੰਦਾ, ਪ੍ਰੋਟੈਸਟ ਹੋ ਰਹੇ ਹੁੰਦੇ ਆ, ਬਈ ਉਹਨਾਂ ਨੂੰ ਹੈਂਡਲ ਕੀਤਾ ਜਾਵੇ। ਤੇ ਮੇਰੇ ਖਿਆਲ ਦੇ ਵਿੱਚ ਇਹ ਸਿਆਣੇ ਲੋਕ ਹੈਗੇ ਜਿਹੜੇ ਕਮੇਟੀ ਦੇ ਵਿੱਚ ਪਾਏ ਹੈਗੇ ਤੇ ਸਾਰਿਆਂ ਨਾਲ ਗੱਲਬਾਤ ਕਰਕੇ, ਮਸਲਾ ਇਕੱਲਾ ਪੰਜਾਬ ਹਰਿਆਣਾ ਦਾ ਹੈ ਹੀ ਨਹੀਂ, ਆਲ ਇੰਡੀਆ ਹੈ ਤੇ ਹਰ ਇੱਕ ਦੀ ਜਿਹੜੀ ਸਿਚੁਏਸ਼ਨ ਹੈ ਉਹ ਵੱਖਰੀ ਵੱਖਰੀ ਹੈਗੀ ਹੈ ਸਟੇਟਸ ਦੀ, ਜਾਂ ਕਿਸਾਨਾਂ ਦੇ ਵੱਖਰੇ ਵੱਖਰੇ ਇਸ਼ੂ ਹੈਗੇ ਆ। ਇਹ ਕਿਵੇਂ ਹੱਲ ਕਰਦੇ ਆ, ਲੰਬਾ ਇਸ਼ੂ ਹੈਗਾ ਬਈ, ਦੋ ਤਿੰਨ ਮੇਜਰ ਇਸ਼ੂਸ ਪਹਿਲਾਂ ਟੈਕਲ ਕਰਕੇ ਤੇ ਉਸ ਤੋਂ ਬਾਅਦ ਅੱਗੇ ਚੱਲਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਬਾਕੀ ਇਹਨਾਂ ਨੇ ਪ੍ਰੋਸੀਜਰ ਅਡਾਪਟ ਕਰਨਾ, ਦੇਖਦੇ ਕਿਸ ਤਰ੍ਹਾਂ ਅੱਗੇ ਟੇਕਅਪ ਕਰਦੇ। ਸਹਮੀਰ ਸਿੰਘ ਜੀ, ਇੱਕ ਛੋਟੀ ਜਿਹੀ ਇੱਥੇ ਟਿੱਪਣੀ ਮੈਂ ਚਾਹੁੰਦਾ ਤੁਹਾਡੇ ਕੋਲੋਂ, ਕਿਉਂਕਿ ਜਿਹੜੀਆਂ ਦੋ ਮੁੱਖ ਧਿਰਾਂ ਨੇ ਭਾਰਤੀ ਕਿਸਾਨ ਯੂਨੀਅਨ, ਇੱਕ ਤਾਂ ਉਗਰਾਹਾਂ ਤੇ ਦੂਜੇ ਬੰਨੇ ਐਸਕੇਐਮ, ਇਹ ਦੋ ਇਹੋ ਜਿਹੇ ਧੜੇ ਨੇ ਜਿਨ੍ਹਾਂ ਨੇ ਕੇਂਦਰ ਨੂੰ ਵਕਤ ਪਾ ਛੱਡਿਆ ਸੀਗਾ ਦਿੱਲੀ ਦੇ ਵਿੱਚ ਸਾਲਾਂ ਤੱਕ, ਤੇ ਦੂਜੇ ਬੰਨੇ ਉਹ ਧੜਾ ਜਿਹੜਾ ਸ਼ੰਭੂ ਤੇ ਬੈਠਾ। ਆਪਾਂ ਜਿਹੜੇ ਇਹ ਦੋ ਧੜੇ ਸਿੱਧੇ ਸਟੇਟ ਨਾਲ ਟਕਰਾ ਰਹੇ ਨੇ ਜਾਂ ਸਿੱਧੇ ਸਟੇਟ ਨੂੰ ਐਡਰੈਸ ਕਰ ਰਹੇ ਨੇ, ਇਹਨਾਂ ਦੀ ਮੈਂ ਜੇ ਰਣਨੀਤੀ ਦੇ ਵਿੱਚ ਇੱਕ ਸ਼ਿਫਟ ਮੰਨਾ, ਤਬਦੀਲੀ ਮੰਨਾ, ਕਿ ਕੇਂਦਰ ਵੱਲ ਲਗਾਤਾਰ ਇਹ ਕੇਂਦਰ ਵੱਲ ਹੀ ਵੱਧ ਰਹੇ ਸੀਗੇ ਤੇ ਇਹ ਹੁਣ ਸਟੇਟ ਦੇ ਵਿੱਚ ਚੰਡੀਗੜ੍ਹ ਰਾਜਧਾਨੀ 'ਚ ਆ ਗਏ ਨੇ ਦਿੱਲੀ ਦੇ ਬਰੂਹਾਂ ਤੋਂ, ਇਹਨਾਂ ਨੇ ਪਿੱਛੇ ਪਲੈਨਿੰਗ ਵੀ ਇਸ ਤਰ੍ਹਾਂ ਦੀ ਕੀਤੀ ਸੀ। ਤੇ ਦੂਜੇ ਬੰਨੇ ਜਿਹੜੇ ਸ਼ੰਭੂ ਤੇ ਬੈਠੇ ਆ ਉਹਦੇ ਸੰਬੰਧੀ ਕਮੇਟੀ ਬਣ ਗਈ ਹੈ। ਕੇਂਦਰ ਦਾ ਰੁੱਖ ਥੋੜਾ ਜਿਹਾ ਰਣਨੀਤਿਕ ਨਹੀਂ ਹੋ ਗਿਆ ਜੀ, ਕਿ ਸਾਰਾ ਪ੍ਰੈਸ਼ਰ ਅਸੀਂ ਕਿਉਂ ਝੱਲੀਏ? ਸਟੇਟ ਜਿਹੜੀ ਹੌਲੀ ਜੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਉੱਧਰ ਤੋਰ ਦਿੰਦੀ ਸੀ ਤੇ ਹੁਣ ਵਾਲੇ ਵੀ ਇਹਨਾਂ ਨਾਲ ਚੰਗੀ ਯਾਰੀ 'ਚ ਨੇ। ਮੁੱਖ ਮੰਤਰੀ ਜਦੋਂ ਮਰਜ਼ੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਲੈਂਦੇ ਨੇ, ਬਹਿ ਲੈਂਦੇ ਨੇ, ਕੋਈ ਮੁਸ਼ਕਲ ਤਾਂ ਹੈ ਨਹੀਂ। ਸੋ ਸਟੇਟ ਵੱਲ ਧੱਕ ਨਹੀਂ ਦਿੱਤਾ ਗਿਆ ਅੰਦੋਲਨ ਜੀ? ਨਹੀਂ, ਵੈਸੇ ਤਾਂ ਅੰਦੋਲਨ ਆਲ ਇੰਡੀਆ ਦਾ ਹੀ ਆ, ਜਿਹੜਾ ਕਿਸਾਨੀ ਦਾ ਅੰਦੋਲਨ ਤਾਂ ਜੇ ਐਸਕੇਐਮ ਦੀ ਆਪਾਂ ਗੱਲ ਕਰਦੇ ਹਾਂ, ਔਰ ਉਹਨਾਂ ਦੀਆਂ ਜਦੋਂ ਮੇਜਰ ਡਿਮਾਂਡਸ ਨੇ ਉਹ ਦੋ ਤਿੰਨ ਉਹ ਕੇਂਦਰ ਨਾਲ ਹੀ ਸੰਬੰਧਿਤ ਨੇ। ਸਟੇਟ ਤਾਂ ਹੁਣ ਲੀਗਲ ਗਰੰਟੀ ਨਹੀਂ ਦੇ ਸਕਦੀ MSP ਦੇ ਪਿੱਛੇ, ਜਿਹੜੀ ਗਰੰਟੀ ਹੈ ਜਾਂ ਕਰਜ਼ਾ ਮਾਫੀ ਦੇ ਵਿੱਚ ਵੀ ਸਟੇਟ ਕੋਲ ਰਿਸੋਰਸਿਜ਼ ਕਿੱਥੇ ਨੇ ਜਿਹਦੇ ਕਰਕੇ ਉਹ ਇਹ ਗੱਲ ਕੋਈ ਗੱਲ ਉਸ ਲੈਵਲ ਦੇ ਕਰੇਗੀ, ਜਾਂ ਓਵਰਆਲ ਮਾਰਕੀਟ ਤੰਤਰ ਜਿਹੜਾ ਹੈ ਸੈਂਟਰ ਸਟੇਟ ਰਿਲੇਸ਼ਨ ਦੇ ਵਿੱਚ ਅੱਜ ਕੱਲ੍ਹ ਸਾਡੀਆਂ ਮੰਡੀਆਂ, ਜੇ ਉਹ ਰੂਰਲ ਡਿਵੈਲਪਮੈਂਟ ਦਾ ਪੈਸਾ ਵੀ ਉੱਥੇ ਰੋਕ ਲੈਣਗੇ, ਗੌਰਮੈਂਟ ਆਫ ਇੰਡੀਆ ਰੋਕ ਲਏਗੀ, ਤਾਂ ਇੱਥੇ ਨੈਟਵਰਕ ਜਿਹੜਾ ਮੰਡੀਆਂ ਨਾਲ ਜੁੜਿਆ ਹੋਇਆ ਉਹ ਸੜਕਾਂ ਦਾ ਨਾਲ ਨਹੀਂ ਜੁੜਿਆ ਹੋਇਆ, ਐਕਚੁਅਲੀ ਮੰਡੀਆਂ ਸੜਕਾਂ ਮੰਡੀਆਂ ਨਾਲ ਜੁੜੀਆਂ ਹੋਈਆਂ ਨੇ, ਪਿੰਡਾਂ ਤੋਂ ਵੀ ਜ਼ਿਆਦਾ ਖੇਤਾਂ ਤੋਂ ਲੈ ਕੇ ਉਹ ਨੈਟਵਰਕ ਬਣਿਆ ਹੋਇਆ।
ਉਹ ਤਾਂ ਹਮੇਸ਼ਾ ਹੀ ਗੌਰਮੈਂਟ ਆਫ ਇੰਡੀਆ ਨਾਲ ਹੀ ਰਹਿਣਗੇ, ਉਹਦੇ 'ਚ ਸਟੇਟ ਗੌਰਮੈਂਟ ਦਾ ਮਾੜਾ ਮੋਟਾ ਰੋਲ ਇੰਨਾ ਹੋ ਸਕਦਾ ਵੀ ਇਹ ਐਕਟਿਵ ਰੋਲ ਪਲੇ ਕਰੇ, ਸਗੋਂ ਇਹਦੀ ਵੀ ਡਿਮਾਂਡ ਬਣਦੀ ਹੈ ਵੀ ਚਲੋ ਇਹ ਗੱਲਾਂ ਤਾਂ ਆਪਾਂ ਮਿਲ ਕੇ ਉਠਾ ਸਕਦੇ ਹਾਂ ਜਿਹੜੀਆਂ ਕੁਝ ਸਟੇਟ ਦੀਆਂ ਹੁੰਦੀਆਂ ਨੇ ਉਸ ਪੱਧਰ ਤੇ, ਕੁਝ ਪੰਜਾਬ ਗੌਰਮੈਂਟ ਦੀਆਂ ਨੇ, ਪੰਜਾਬ ਗੌਰਮੈਂਟ ਦੀਆਂ ਤਾਂ ਮੈਨੂੰ ਲੱਗਦਾ ਇਹੋ ਜਿਹੀਆਂ ਮੰਗਾਂ ਨੇ ਜਿਹੜਾ ਇਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੀਦਾ। ਜੇ ਕੋਈ ਕਹਿੰਦਾ ਵੀ ਪਾਲਿਸੀ ਦਾ ਡਰਾਫਟ ਦੱਸ ਦਿਓ ਸਾਨੂੰ ਕੀ ਹੈ, ਇਹ ਦੱਸਣ 'ਚ ਕੀ ਹਰਜ ਹੈ, ਇਹਦੇ ਲਈ ਧਰਨੇ ਦੀ ਤਾਂ ਲੋੜ ਕਿਉਂ ਪਏ? ਜਾਂ ਤੁਸੀਂ ਕਮੇਟੀ ਬਣਾਈ ਹੈ ਤੇ ਤੁਸੀਂ ਕਮੇਟੀ ਬਣਾ ਕੇ ਉਹ ਕਮੇਟੀ ਨੇ ਇੱਕ ਰਿਪੋਰਟ ਤਿਆਰ ਵੀ ਕਰਤੀ, ਤੁਸੀਂ ਮੰਨਣੀ ਨਾ ਮੰਨਣੀ ਅਲੱਗ ਹੈ, ਉਹਨੂੰ ਜਨਤਕ ਤਾਂ ਕਰ ਦਿਓ ਨਾ ਵੀ ਆਹ ਰਿਹਾ, ਆਹ ਇਹਦੇ ਤੇ ਆਪਣੀਆਂ ਰਾਏ ਹੋਰ ਵੀ ਦੇ ਦਿਓ, ਬਾਕੀ ਵੀ ਆ ਵਿਧਾਨ ਸਭਾ 'ਚ ਡਿਸਕਸ ਕਰ ਲਏਗੀ। ਇਹ 'ਚ ਕਿੰਨੀ ਕੁ ਬੜੀ ਗੱਲ ਹੈ ਜੇਕਰ ਦੇਖਿਆ ਜਾਏ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਮਜ਼ਦੂਰ ਵੀ ਇਹਨਾਂ ਨਾਲ ਬੈਠੇ ਨੇ, ਉਗਰਾਹਾਂ ਗਰੁੱਪ ਦਾ ਡਬਲ ਧਰਨਾ ਹੈ, ਇਹ ਇਕੱਲੇ ਕਿਸਾਨ ਨਹੀਂ, ਇਹਨਾਂ ਨਾਲ ਮਜ਼ਦੂਰਾਂ ਦਾ ਵੀ ਸਵਾਲ। ਉਹ ਇੱਕ ਆਵਾਜ਼ ਗੱਲ ਉਠਾ ਰਹੇ ਨੇ ਵੱਡੀ ਗੱਲ ਜਿਹੜੀ ਸਟੇਟ ਦੇ ਵਾਸਤੇ ਹੈ, ਉਹਨਾਂ ਲੈਂਡ ਰਿਫਾਰਮਸ ਦਾ ਬਹੁਤ ਸੀਰੀਅਸ ਇਸ਼ੂ ਹੈ, ਉਹਦੇ 'ਤੇ ਤਾਂ ਅਜੇ ਡਿਬੇਟ ਨਹੀਂ ਚੱਲ ਰਹੀ। ਉਹ ਡਿਬੇਟ ਇਹ ਹੈ ਕਿ ਤੁਸੀਂ ਲਾਅ ਬਣਾਇਆ ਹੋਇਆ 17.5 ਏਕੜ ਦਾ, ਸਟੈਂਡਰਡ ਏਕੜ ਦਾ, ਇਦੋਂ ਵੱਧ ਕੋਈ ਬੰਦਾ ਮਤਲਬ ਜ਼ਮੀਨ ਰੱਖ ਨਹੀਂ ਸਕਦਾ। ਪਰ ਉਹ ਕਹਿੰਦੇ ਫਿਰ ਹਜ਼ਾਰ 2000 ਏਕੜ ਵਾਲੇ ਕਿਵੇਂ ਪਰਿਵਾਰ ਨੇ ਤੇ ਉਹ ਕਿਹਦੇ ਨਾਂ ਕੀ ਹੈ, ਤੇ ਜੇ ਲੈਂਡ ਰਿਫਾਰਮ ਤੁਸੀਂ ਸੀਰੀਅਸਲੀ ਕਰੋਗੇ ਤਾਂ ਲੈਂਡਲੈਸ ਬੰਦਿਆਂ ਨੂੰ ਵੀ ਬਥੇਰਾ ਕੁਛ ਉਹ 'ਚ ਮਿਲ ਜੂਗਾ, ਬਾਕੀ ਚੀਜ਼ਾਂ ਵੀ ਮਿਲ ਜਾਣਗੀਆਂ, ਜੇ ਬਹੁਤ ਸਾਰਾ ਕੁਛ ਇੱਕ ਹੈ। ਉਹ ਸਟ੍ਰੈਟਜੀਕਲ ਵੱਡਾ ਇਸ਼ੂ ਹੈ ਅਸਲ ਦੇ ਵਿੱਚ, ਉਹਦੇ ਤੇ ਤਾਂ ਮੈਨੂੰ ਲੱਗਦਾ ਉਹਨੂੰ ਹੱਥ ਪਾਉਣ ਨੂੰ ਕੋਈ ਤਿਆਰ ਨਹੀਂ ਹੈ, ਨਾ ਕੋਈ ਪੋਲੀਟੀਕਲ ਪਾਰਟੀ ਪਾਊਗੀ ਤੇ ਨਾ ਕੋਈ ਇਹ, ਉਹ ਵੱਡੇ ਅੰਦੋਲਨਾਂ ਦਾ ਆਪਣਾ ਇੱਕ ਸਵਾਰ ਉਸ ਲੈ ਬੰਦੇ ਹੁੰਦੇ। ਤੇ ਜਿਹੜਾ SKM ਦਾ ਸੀ ਉਹਨੇ ਸ਼ਾਇਦ ਸੱਦਾ ਦਿੱਤਾ ਇੱਕ ਹੋਰ ਢੰਗ ਦਾ ਆਪਣੇ ਤਰੀਕੇ ਨਾਲ, ਉਹ ਤਾਂ ਕਹਿੰਦੇ ਅਸੀਂ ਦਸੰਬਰ ਤੋਂ ਪਾਣੀ ਦਾ ਮੋਰਚਾ ਲਾਉਣਾ, ਪਾਣੀ ਬਚਾਉਣ ਦੇ ਸਮੁੱਚਾ ਮੋਰਚਾ, ਜਿਹੜਾ ਵੀ ਪਾਣੀ ਗੰਧਲਾ ਵੀ ਹੋ ਰਿਹਾ, ਪਾਣੀ ਅੰਡਰਗਰਾਊਂਡ ਵੀ ਖਰਾਬ ਮਤਲਬ ਮੁੱਕਦਾ ਜਾ ਰਿਹਾ ਤੇ ਦਰਿਆਈ ਪਾਣੀਆਂ ਦਾ ਮਾਮਲਾ ਵੀ ਸਮੁੱਚਤਾ ਚ ਲਾਵਾਂਗੇ, ਇਹਦੇ 'ਚ ਪੋਲਿਸੀ ਕਿਉਂ ਫਰੇਮ ਨਹੀਂ ਹੁੰਦੀ ਓਵਰਆਲ, ਕਿਉਂਕਿ ਪੰਜਾਬ ਦਾ ਬੇਸਿਕ ਫਿਊਚਰ ਜਿਹੜਾ ਉਹ ਇਹਦੇ ਨਾਲ ਜੁੜਿਆ ਹੋਇਆ, ਜਿਹੜਾ ਵੱਡਾ ਫਿਊਚਰ ਹੈ। ਹੁਣ ਉਹ ਇਕੱਲਾ ਇਹੀ ਡਿਮਾਂਡ ਰੱਖਣਗੇ ਜਾਂ ਬਾਕੀ ਦੂਜੀਆਂ ਵੀ ਪਾਉਣਗੇ? ਅੱਜ ਐਲਾਨ ਇਹੋ ਜਿਹਾ ਹੋਇਆ ਜਿਹੜਾ ਉਹਦੇ ਤੋਂ ਤਾਂ ਹੋਇਆ, ਔਰ ਉਹਦੇ 'ਚ ਤਾਂ ਸਾਰਿਆਂ ਦਾ ਰੋਲ ਹੈ, ਪੋਲਿਸੀ ਗੌਰਮੈਂਟਾਂ ਦਾ ਵੀ ਰੋਲ ਹੈ ਤੇ ਲੋਕਾਂ ਦਾ ਵੀ ਰੋਲ ਹੈ, ਕਿਸਾਨ ਦਾ ਵੀ ਰੋਲ ਹੈ, ਸਮਾਜ ਦਾ ਵੀ ਰੋਲ ਹੈ ਜਦੋਂ ਆਊਗੀ ਇਹ ਪੋਲਿਸੀ ਜਿਹੜੀ ਉਸ ਲੈਵਲ ਦੇ ਉੱਤੇ ਬਣ ਕੇ ਆਏਗੀ। ਉਹ ਕੋਈ ਡਰਾਫਟ ਪੇਸ਼ ਕਰਦੇ ਨੇ ਆਪਣੇ ਵੱਲੋਂ ਵੀ ਇਹੋ ਜਿਹਾ ਕੁਛ ਹੋਵੇ ਜਾਂ ਗੌਰਮੈਂਟ ਵੀ ਕੋਈ ਸੀਰੀਅਸ ਹੁੰਦੀ ਹੈ, ਉਦੋਂ ਬਾਅਦ ਦੀ ਗੱਲ। ਜਿਹੜੀ ਇਹ ਕਮੇਟੀ ਬਣੀ ਹੈ 5 ਮੈਂਬਰੀ, ਇਹਦੀਆਂ ਅਜੇ ਟਰਮਜ ਆਫ ਰੈਫਰੈਂਸ ਆਉਣੀਆਂ ਨੇ, ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਇੱਕ ਮੈਂਬਰ ਸੈਕਟਰੀ ਲੈ ਲੈਣਗੇ ਜਸਟਿਸ ਸਾਹਿਬ ਜਿਹੜੇ ਚੇਅਰਮੈਨ ਬਣੇ ਹੋਏ ਨੇ, ਬਾਕੀ ਦੀਆਂ ਚੀਜ਼ਾਂ ਸਰਕਾਰਾਂ ਕਰਨਗੀਆਂ। ਹੁਣ ਇਹ ਕਮੇਟੀ ਦੀ ਓਵਰਆਲ ਟਰਮ ਦਾਇਰਾ ਕੀ ਹੋਏਗਾ ਗੱਲਬਾਤ ਕਰਨ ਦਾ, ਉਹਦੇ 'ਚੋਂ ਕਲੈਰਿਟੀ ਹੋਏਗੀ। ਇੱਕ ਤਾਂ ਹਜੇ ਤੱਕ ਸਮਝ ਤਾਂ ਇੰਨਾ ਕੀ ਆ ਰਿਹਾ ਨਾ ਕਿ ਉਹ ਕਿਸਾਨਾਂ ਨਾਲ ਵੀ ਗੱਲ ਕਰਨਗੇ ਤਾਂ ਕਿ ਰਸਤਾ ਖੁੱਲ੍ਹ ਜੇ, ਟਰੈਕਟਰ ਟਰਾਲੀਆਂ ਹਟਾ ਲੈਣਗੇ, ਬਾਕੀ ਚੀਜ਼ਾਂ ਕਰਨਗੇ। ਦੂਜਾ ਜਿਹੜੇ ਇਸ਼ੂਜ ਨੇ ਤੁਹਾਡੇ ਕੀ ਨੇ, ਉਹ ਇਸ਼ੂਜ ਫਰੇਮ ਕਰਕੇ ਉਹ ਦੱਸਣਾ, ਤੇ ਉਹ ਕਹਿੰਦੇ ਨੇ ਸੈਕਟਰੀ ਨੇ ਦੱਸਣੇ ਨੇ 2 ਹਫ਼ਤਿਆਂ ਦੇ ਵਿੱਚ ਜਿਹੜੇ ਇਸ਼ੂਜ ਫਰੇਮ ਕਰਕੇ, ਇਹ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਇਸ਼ੂ ਫਰੇਮ ਕਰਕੇ ਦੱਸ ਵੀ ਦਿੱਤੇ, ਮੰਨ ਲਓ ਵੀ ਆਹ ਮੇਜਰ ਇਸ਼ੂ ਨੇ। ਕਮੇਟੀ ਦੀ ਤਾਕਤ ਕੀ ਹੋਏਗੀ, ਕਮੇਟੀ ਕਿਹੜੇ ਦਾਇਰੇ 'ਚ ਟਰਮਜ ਆਫ ਰੈਫਰੈਂਸ ਨੂੰ ਵਿਚਾਰੇ ਦੇ ਦਾਇਰੇ 'ਚ ਰਹਿੰਦੀ ਹੋਈ ਵਿਚਾਰੇਗੀ, ਅਜੇ ਇਦੋਂ ਬਾਅਦ ਸ਼ਾਇਦ ਪਤਾ ਲੱਗੂਗਾ। ਤੇ ਇੱਕ ਗੱਲ ਇਹ ਵੀ ਹੈ ਕਿ ਐਂ ਜੇ ਲੱਗਿਆ ਕਮੇਟੀ ਫਾਰਮ ਦੀ ਬਣਤਰ ਦੇ ਵਿੱਚ, ਦੇਸ਼ ਦੇ ਵਿੱਚ ਜਦੋਂ ਪਹਿਲਾਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ, ਜਦੋਂ ਉੱਥੇ ਮੋਰਚਾ ਲੱਗਿਆ ਹੋਇਆ ਸੀ, ਉਦੋਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਤੋਂ ਵੀ ਮੈਂਬਰ ਮੰਗੇ ਗਏ ਸੀਗੇ, ਔਰ ਕੁਝ ਉਹਨਾਂ ਨੇ ਆਪ ਬਿਊਰੋਕਰੇਟ ਪਾਤੇ ਸੀ, ਕੁਝ ਬਾਕੀ ਸੀ। ਉਦੋਂ ਦੇ ਕਿਸਾਨ ਅੰਦੋਲਨ ਵਾਲਿਆਂ ਨੇ ਤਾਂ ਕਿਹਾ ਸੀ ਕਿ ਅਸੀਂ ਨਹੀਂ ਮੈਂਬਰ ਬਣਨਾ, ਸਾਨੂੰ ਇਹ ਪਾਰਲੀਮੈਂਟ ਦਾ ਮਾਮਲਾ, ਪਾਰਲੀਮੈਂਟ ਸੁਲਝਾਏ, ਗੌਰਮੈਂਟ ਦਾ ਮਾਮਲਾ, ਗੌਰਮੈਂਟ ਆਪੇ ਮੈਂਬਰਾਂ ਕਰੇਗੀ। ਤੇ
ਉਸ ਲੈਵਲ ਦੇ ਉੱਤੇ ਮਤਲਬ ਜਿਹੜੇ ਐਗਰੀਕਲਚਰ ਐਕਸਪਰਟ ਵੀ ਇਕੱਲੇ ਪੰਜਾਬ ਦੇ ਨੇਚਰ ਦੇ ਹੀ ਕਿਉਂ ਨੇ, ਤੇ ਉੱਥੇ ਨੈਸ਼ਨਲ ਲੈਵਲ ਤੋਂ ਵੀ ਤਾਂ ਕੁਛ ਲੈਣ ਦੀ ਲੋੜ ਹੁੰਦੀ ਹੈ ਨਾ ਫਿਰ। ਐਗਰੀਕਲਚਰ ਦੀਆਂ ਸਮੱਸਿਆਵਾਂ ਇਕੱਲੀਆਂ ਪੰਜਾਬ ਦੀਆਂ ਤਾਂ ਨਹੀਂ, ਇਕੱਲਾ ਹਰਿਆਣੇ ਪੰਜਾਬ ਦੀ ਆਪਸ ਦੇ ਵਿੱਚ ਤਾਂ ਨਹੀਂ ਹੈ, ਇਕੱਲਾ ਬਾਰਡਰ ਖੋਲਣ ਜਾਂ ਬਾਕੀ ਦੀਆਂ ਚੀਜ਼ਾਂ ਤਾਂ ਨਹੀਂ ਹੈ, ਔਨ ਦੀ ਹੋਲ ਬਲਕਿ ਤਾਂ ਗਲੋਬਲ ਇਸ਼ੂ ਵੀ ਨੇ ਨਾਲ। WTO ਦਾ ਕੀ ਰੋਲ ਹੈ, ਵਰਲਡ ਬੈਂਕ ਦਾ ਵੱਖ ਵੱਖ ਮਾਮਲੇ ਨੇ, ਔਰ ਉਹ ਕਮੇਟੀ ਦੀ ਸਾਈਜ਼ ਦੇਖ ਕੇ ਲੱਗਦਾ ਕਿ ਉਹਦਾ ਟਰਮਜ਼ ਆਫ ਰੈਫਰੈਂਸ ਜਾਂ ਉਹ ਖਿੱਤਾ ਦੇਖ ਕੇ ਲੱਗਦਾ ਕਿ ਉਹਦਾ ਬਹੁਤ ਵਿਸ਼ਾਲ ਟਰਮਜ਼ ਆਫ ਰੈਫਰੈਂਸ ਹੋ ਨਹੀਂ ਸਕਣਾ ਜਿੰਨੇ ਦੀ ਲੋੜ ਹੈ, ਜਿੱਡਾ ਵੱਡਾ ਇਹ ਦਾਇਰਾ ਬਣਦਾ। ਹੁਣ ਪਤਾ ਨੀ ਦੇਖੋ ਜੋ ਵੀ ਗੱਲ ਇਹਦੇ ਚੋਂ ਨਿਕਲੇਗੀ, ਓਨਾ ਚਿਰ ਪਹਿਲਾਂ ਕਹਿ ਵੀ ਨੀ ਸਕਦੇ, ਤਾਂ ਸੁਪਰੀਮ ਕੋਰਟ ਨੇ ਕਰਨੀਆਂ ਨੇ ਖਬਰਾਂ, ਇਹਦਾ ਦਾਇਰਾ ਹੀ ਓਡਾ ਵੱਡਾ ਬਣ ਜੇ ਜਾਂ ਜਿੱਡਾ ਵੱਡਾ ਦਾਇਰਾ ਡਾਕਟਰ ਸਵਾਮੀਨਾਥਨ ਕਮਿਸ਼ਨ ਦਾ ਸੀਗਾ ਕਿ ਉਹ ਦਾਇਰਾ ਬਣ ਸਕੂਗਾ ਇਸ ਕਮੇਟੀ ਦਾ ਬਾਕੀ ਮਾਮਲਿਆਂ ਦੇ ਵਿੱਚ ਵੀ। ਭਰੋਸਾ ਬਹਾਲੀ ਕਦੋਂ ਹੋਏਗੀ? ਭਰੋਸਾ ਬਹਾਲੀ ਤਾਂ ਹੋਏਗੀ ਨਾ ਜੇ ਸਾਰੀ ਦੋਨੇ ਧਿਰਾਂ ਨੂੰ ਲੱਗਿਆ ਕੋਈ ਗੱਲ ਵਾਜਬ ਹੋ ਰਹੀ ਹੈ ਤੇ ਇਸ ਲੈਵਲ ਦੀ ਗੱਲ ਹੋ ਰਹੀ ਹੈ, ਇਹ ਦੇਖਣਾ ਹਜੇ ਬਾਕੀ ਹੈ, ਕਾਫੀ ਟਾਈਮ ਲੱਗੂਗਾ ਇਸ ਸਾਰੇ ਮਾਮਲੇ ਚ। ਬਿਲਕੁਲ, ਔਰ ਕਿਉਂਕਿ ਮਾਮਲਾ ਹੁਣ ਪੰਜਾਬ ਦੀ ਸਰਹੱਦ ਤੇ ਫਸਿਆ ਹੋਇਆ ਤੇ ਕਮੇਟੀ ਦੀ ਫਾਰਮੇਸ਼ਨ ਤੋਂ ਇਹੀ ਲੱਗਦਾ ਕਿ ਫਿਲਹਾਲ ਸਾਰਾ ਫੋਕਸ ਹੈਗਾ ਕਿ ਇਹਨਾਂ ਨੂੰ ਰੋਡ ਤੋਂ ਉਠਾ ਕੇ ਕਿਸੇ ਐਸੀ ਜਗ੍ਹਾ ਤੇ, ਕੋਈ ਨਿਰਧਾਰਿਤ ਜਗ੍ਹਾ ਤੇ ਉੱਤੇ ਭੇਜਿਆ ਜਾਵੇ ਜਿੱਥੇ ਇਹ ਆਪਣਾ ਅੰਦੋਲਨ ਵੀ ਚਲਾਉਂਦੇ ਰਹਿਣ ਤੇ ਲੋਕਾਂ ਨੂੰ ਵੀ ਮੁਸ਼ਕਲ ਨਾ ਆਵੇ। ਪਹਿਲੀ ਗੱਲ ਤਾਂ ਸਾਰਾ ਥ੍ਰਸਟ ਹੀ ਇਸ ਗੱਲ ਦੇ ਉੱਤੇ ਹੈ ਕਿ ਇਹਨਾਂ ਨੂੰ ਉੱਥੋਂ ਪ੍ਰੇਰਿਤ ਕਰਕੇ ਉਠਾਓ। ਫਿਰ ਅਗਲੇ ਮੁੱਦੇ ਕਿਵੇਂ ਐਡਰੈਸ ਹੁੰਦੇ ਆ, ਕਿਉਂਕਿ ਧਿਰ ਇੱਕ ਨਹੀਂ, ਧਿਰ ਹੁਣ ਤਿੰਨ ਹੋ ਗਿਆ, ਇੱਕ ਸ਼ੰਭੂ 'ਚ ਬੈਠਿਆ, ਦੂਜੇ ਅੱਜ ਮਹਾਂਪੰਚਾਇਤ ਵਾਲੇ, ਤੀਜੇ ਉਗਰਾਹਾਂ ਵਾਲੇ। ਖੈਰ ਸਰ ਜਗਤਾਰ ਸਿੰਘ ਜੀ, ਜੇ ਅਗਲਾ ਇਸ਼ੂ ਤੁਸੀਂ ਕੁਛ ਕਹਿਣਾ ਚਾਹ ਰਹੇ ਜੀ ਇੱਥੇ? ਨਹੀਂ, ਇਹ ਸੌਖਤਾਂ ਯੂਨੀਅਨ ਹੈਗੀਆਂ ਪੰਜਾਬ ਦੇ ਵਿੱਚ ਕਿਸਾਨੀ ਦਾ, ਮੈਨੂੰ ਤਾਂ ਇਹ ਲੱਗਦਾ ਹੈ ਜੇ ਇਹ ਸਾਰੇ ਮਸਲੇ ਇਹ ਕਮੇਟੀ ਕੋਈ ਰਿਕਮੈਂਡੇਸ਼ਨ ਕਰ ਵੀ ਦੇਵੇ, ਕੁਛ ਮੇਨ ਇਸ਼ੂਜ ਹੱਲ ਹੋ ਵੀ ਜਾਣ, ਫਿਰ ਵੀ ਕੋਈ ਨਾ ਕੋਈ ਧੇਰਾ ਕੇ ਫਿਰ ਬੈਠ ਜਾਏਗੀ, ਮੇਰੀ ਐਪਰੀਹੈਂਸ਼ਨ ਹੈ, ਮੈਂ ਗਲਤ ਹੋ ਸਕਦਾ ਜੀ। ਅਗਲਾ ਮੁੱਦਾ ਲੈਂਦੇ ਹਾਂ ਜੀ, ਮੁੱਦਾ ਅਕਾਲੀ ਪੋਲੀਟਿਕਸ ਇੱਥੇ ਹੁਣ ਸੈਂਟਰ ਸਟੇਜ ਵਿੱਚ ਹੈ ਪੰਜਾਬ ਦੇ ਵਿੱਚ, ਅਕਾਲੀ ਦਲ ਦਾ ਰੋਲ, ਅਕਾਲੀ ਦਲ ਸਰਕਾਰ ਚਾਹੂਗਾ ਕਿ ਨਹੀਂ, ਅਕਾਲੀ ਦਲ ਦੀ ਮੁੜ ਕੇ ਸਥਾਪਤੀ ਕਿਵੇਂ ਹੋਊਗੀ, ਇਹ ਭਾਵੇਂ ਬਿਲਕੁਲ ਅਜੇ ਸੀਨ ਤੇ ਨਹੀਂ ਨੇ ਮਾਮਲੇ, ਭਾਵੇਂ ਬਿਲਕੁਲ ਇੰਝ ਨਹੀਂ ਲੱਗ ਰਿਹਾ ਕਿ ਕੱਲ ਨੂੰ ਹੀ ਅਕਾਲੀ ਦਲ ਕਿਤੇ ਉਭਾਰ ਚ ਆ ਸਕਦਾ, ਪਰ ਕਿਉਂਕਿ ਇਹ ਸਿੱਖ ਡੋਮੀਨੇਸ਼ਨ ਵਾਲੀ ਸਟੇਟ ਹੈਗੀ ਆ, ਇਹ ਸਿੱਖ ਡੋਮੀਨੇਟ ਕਰਦੇ ਨੇ ਇੱਥੇ, ਇਸ ਕਰਕੇ ਇਹ ਸਿਆਸਤ ਮਰਦੀ ਨਹੀਂ ਹੈ। ਸਰਦਾਰ ਜਗਤਾਰ ਸਿੰਘ ਜੀ, ਅਕਾਲੀਆਂ ਦੀ ਇਹ ਲੜਾਈ ਦੇ ਵਿੱਚ ਇੱਕ ਨਵਾਂ ਕੋਣ ਆ ਗਿਆ, ਜਿਹੜੇ ਰਾਈਵਲ ਨੇ, ਜਿਹੜੇ ਸ਼ਰੀਕ ਨੇ ਸੁਖਬੀਰ ਸਿੰਘ ਬਾਦਲ ਦੇ, ਜਿਹਨਾਂ ਨੂੰ ਬਾਗੀ ਕਿਹਾ ਜਾਂਦਾ, ਜਿਹੜੇ ਪ੍ਰੈਜ਼ੀਡੀਅਮ ਵਾਲੇ ਨੇ, ਉਹਨਾਂ ਦਾ ਧਿਆਨ ਸ਼੍ਰੋਮਣੀ ਕਮੇਟੀ ਦੀ ਅਗਲੀ ਪ੍ਰਧਾਨਗੀ ਦੀ ਚੋਣ ਤੇ, ਐਗਜ਼ੈਕਟਿਵ ਬਾਡੀ ਦੀ ਸਾਲਾਨਾ ਚੋਣ ਦੇ ਉੱਤੇ ਆ ਗਿਆ। ਇਹ ਕਨਸੋਆਂ ਕਾਫੀ ਮਿਲ ਰਹੀਆਂ ਕਿ ਇਸ ਵੇਲੇ ਅਗਲਾ ਸਭ ਤੋਂ ਵੱਡਾ ਮਰਹਲਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਦਾਰੀ ਕਿਹਦੀ ਹੋਵੇ, ਔਰ ਮੈਂਬਰਾਂ ਤੱਕ ਇਸ ਤਰ੍ਹਾਂ ਦੀ ਗੱਲਬਾਤ ਪਹੁੰਚ ਰਹੀ ਹੈ, ਅਪਰੋਚ ਹੋ ਰਹੀ ਹੈ, ਮੈਂਬਰ ਸਰਗਰਮ ਹੋਏ ਹੋਏ ਆ ਕਈ ਸਾਰੇ, ਕਿ ਅਗਲੀ ਵਾਰ ਸੁਖਬੀਰ ਸਿੰਘ ਬਾਦਲ ਦੇ ਖੇਮੇ ਚੋਂ ਜੇਕਰ ਪ੍ਰਧਾਨਗੀ ਕੱਢ ਲਈ ਜਾਏ, ਐਗਜ਼ੈਕਟਿਵ ਬਾਡੀ ਕੱਢ ਲਈ ਜਾਵੇ, ਤਾਂ ਇਹਦੇ ਨਾਲ ਇਹ ਧਿਰ ਤਗੜੀ ਹੋ ਸਕਦੀ ਆ, ਇਹ ਡੋਮੀਨੇਟ ਕਰ ਜਾਣਗੇ। ਕੀ ਇਸ ਵੇਲੇ ਇਸ ਜਗ੍ਹਾ ਤੇ ਖੜ ਕੇ, ਜਦੋਂ ਅਜੇ ਮਾਮਲੇ ਐਡਰੈਸ ਹੋਣੇ ਆ ਅਕਾਲ ਤਖ਼ਤ ਸਾਹਿਬ ਤੇ, ਜਦੋਂ ਅਜੇ ਫੈਸਲੇ ਹੋਣੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਛ ਹੋਇਆ ਉਹਦੇ ਵਿੱਚ ਕੌਣ ਕੌਣ ਜ਼ਿੰਮੇਵਾਰ ਨੇ? ਅੱਜ ਮੈਂ ਇਹ ਵੀ ਬਿਆਨ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ ਅਸੀਂ ਤਾਂ ਜ਼ਿੰਮੇਵਾਰ ਨਹੀਂ ਜੀ, ਅਸੀਂ ਤਾਂ ਕਿ ਫੈਸਲੇ ਵਿੱਚ ਹੈਗੇ ਹੀ ਨਹੀਂ ਸੀ। ਖੈਰ ਮੈਂ ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਵਾਲੇ ਮਾਮਲਾ ਲੈ ਕੇ ਆਉਣਾ ਚਾਹੁੰਦਾ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਪ੍ਰਧਾਨ ਤੇ ਬਾਕੀ ਸਾਰਿਆਂ ਦੀ ਇਲੈਕਸ਼ਨ ਹਰ ਸਾਲ ਨਵੰਬਰ 'ਚ ਹੋਇਆ ਕਰਦੀ ਹੈ, ਇਹ ਸਿੰਘ ਗੁਰਦੁਆਰਾ 1925 ਦੇ ਵਿੱਚ ਹੈ, ਤੇ ਜਦੋਂ ਜਨਰਲ ਇਲੈਕਸ਼ਨ ਹੁੰਦੀ ਹੈ ਜਨਰਲ ਹਾਊਸ ਦੀ, ਉਹ ਸਿਰਫ ਪਹਿਲੀ ਟਰਮ 2 ਸਾਲ ਦੀ ਹੁੰਦੀ, ਉਸ ਤੋਂ ਬਾਅਦ ਇਹਨਾਂ ਦੀ ਇਲੈਕਸ਼ਨ ਹਰ ਸਾਲ ਹੁੰਦੀ ਹੈ।
ਸੋ ਨਵੰਬਰ ਦੇ ਵਿੱਚ ਇਲੈਕਸ਼ਨ ਡਿਊ ਹੈ ਵੈਸੇ ਹੀ, ਤੇ ਕ੍ਰਾਈਸਿਸ ਇਹ ਉਹਦੇ ਨਾਲ ਕੋਇਨਸਾਈਡ ਕਰ ਰਹੀ ਹੈ ਵਰਚੁਅਲੀ। ਪਿਛਲੀ ਵਾਰ ਬੀਬੀ ਜਗੀਰ ਕੌਰ ਇੰਡੀਪੈਂਡੈਂਟ ਖੜੇ ਹੋਏ ਸੀਗੇ, ਜਦਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਸੀਗੇ, ਉਹਨਾਂ ਨੇ ਆਪਣਾ ਜਮਹੂਰੀ ਹੱਕ ਅਸਰਟ ਕੀਤਾ ਸੀਗਾ ਅਤੇ 44 ਵੋਟਾਂ ਉਹਨਾਂ ਨੂੰ ਪਈਆਂ ਸੀਗੀਆਂ, ਜਦਕਿ ਸਾਰਾ ਜ਼ੋਰ ਲੱਗ ਗਿਆ ਸੀਗਾ ਮੇਨ ਧਿਰ ਦਾ। ਅਤੇ ਪਿਛਲੀ ਵਾਰ ਤਾਂ ਬਿਕਰਮ ਮਜੀਠੀਆ ਵਾਰੀ ਵੀ ਬੜੇ ਐਕਟਿਵ ਹੋਏ ਸੀ ਖੀਰ 'ਤੇ ਆ ਕੇ ਆਪਣੇ ਐਸ ਜੀ ਪੀ ਦੇ ਮੈਂਬਰਾਂ ਨੂੰ ਇਕੱਠੇ ਕਰਨ ਦੇ ਵਿੱਚ। ਹੁਣ ਐਤਕੀ ਸਿਚੁਏਸ਼ਨ ਬਿਲਕੁਲ ਵੱਖਰੀ ਹੈ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦਾ ਹਮੇਸ਼ਾ ਪਾਰਟੀ ਦਾ ਰੋਲ ਹੁੰਦਾ, ਪਾਰਟੀ ਡੋਮੀਨੇਟ ਸ਼੍ਰੋਮਣੀ ਅਕਾਲੀ ਦਲ ਕਰਦੇ ਐਸ ਜੀ ਪੀ ਸੀ 'ਚ, ਨੈਚੁਰਲੀ ਇਸ ਪ੍ਰਧਾਨ ਦਾ ਹੀ ਹੁੰਦਾ ਸਾਰਾ ਕੁਛ। ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਦੋਂ ਉਦੋਂ ਸੰਭਾਲੀ ਸੀ ਪ੍ਰਧਾਨਗੀ, ਉਸ ਤੋਂ ਬਾਅਦ ਸਿੱਧਾ ਦਖਲ ਐਸ ਜੀ ਪੀ ਸੀ ਦੇ ਚੋਣਾਂ ਦੇ ਵਿੱਚ ਪ੍ਰਧਾਨਗੀ ਦੇ ਵਿੱਚ ਇਹਨਾਂ ਦਾ ਰਿਹਾ ਟੱਬਰ ਦਾ ਜੀ। ਹੁਣ ਸਿਚੁਏਸ਼ਨ ਅੱਜ ਦੀ ਤਰੀਕ 'ਚ ਬਿਲਕੁਲ ਡਿਫਰੈਂਟ ਹੈ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਹੀ ਹੈ ਇਸ ਵੇਲੇ। ਤਨਖਾਹੀ ਦਾ ਮਤਲਬ ਇਹ ਹੈ ਕਿ ਉਹ ਕਿਸੇ ਨਾਲ ਮੇਲ ਜੋਲ ਬਿਲਕੁਲ ਨਹੀਂ ਰੱਖ ਸਕਦਾ, ਜਨਤਕ ਮੇਲ ਜੋਲ। ਹਾਂਜੀ, ਸਿੱਖ ਦੇ ਨਾਲ ਜੀ ਜਨਤਕ ਨੇ, ਜਨਤਕ ਰੱਖ ਸਕਦਾ, ਕਿਸੇ ਸਿੱਖ ਨਾਲ ਨਹੀਂ। ਇਹ ਫਰਕ ਹੈ ਦੋਵਾਂ ਗੱਲਾਂ ਦੇ ਵਿੱਚ। ਨਾਮ ਸਿੱਖ ਨਾਲ ਰੱਖ ਸਕਦਾ ਕੋਈ ਬੰਦਾ 'ਚ ਨਹੀਂ, ਉਹਨਾਂ 'ਤੇ ਨਾਮ ਸਿੱਖ ਨੂੰ ਕਿਸੇ ਨੂੰ ਕੀ ਫਰਕ ਪੈਂਦਾ। ਸਿੱਖ ਨਾਲ ਤਨਖਾਹੀਆਂ ਦਾ ਮੇਲ ਜੋਲ ਸੋਸ਼ਲ ਲੈਵਲ 'ਤੇ ਨਹੀਂ ਹੋ ਸਕਦਾ। ਹੁਣ ਜਿਹੜੇ ਐਸ ਜੀ ਪੀ ਸੀ ਮੈਂਬਰ ਹੈ ਉਹਨਾਂ ਨਾਲ ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਐਸ ਜੀ ਪੀ ਸੀ ਕਸਟੋਡੀਅਨ ਹੈ ਉਹ ਮਰਿਆਦਾ ਲਾਗੂ ਕਰਨ ਦੀ, ਜਿਹਦੇ ਹੇਠ ਸੁਖਬੀਰ ਜੀ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਜੀ। ਜੇ ਇਹ ਹੀ ਲਾਗੂ ਨਹੀਂ ਕਰਨਗੇ ਤਾਂ ਹੋਰ ਕੌਣ ਲਾਗੂ ਕਰੇਗਾ। ਹੁਣ ਇਹ ਤਾਂ ਜਿਸ ਦਿਨ ਇਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ, ਅਗਲੇ ਦਿਨ ਹੀ ਅਕਾਲ ਤਖ਼ਤ 'ਤੇ ਪਹੁੰਚ ਗਏ ਇਹ ਸ਼ੋਅ ਕਰਨ ਕੇ ਅਸੀਂ ਤਾਂ ਬੜੇ ਕਾਹਲੇ ਹੈ ਮਾਫ਼ੀ ਮੰਗਣ ਵਾਸਤੇ, ਅਤੇ ਉਹਦਾ ਸਿੱਖ ਜਗਤ ਨੇ ਕੰਮ ਉਲਟਾ ਲਿਆ ਬਿਲਕੁਲ। ਚਲੋ ਆਪਾਂ ਅੱਜ ਉਸ ਗੱਲ 'ਚ ਨਹੀਂ ਪੈਂਦੇ। ਹੁਣ ਜਿਸ ਦਿਨ ਇਹਨਾਂ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ, ਬਾਕੀ ਸਾਰਿਆਂ ਨੂੰ 15 ਦਿਨ ਦਾ ਨੋਟਿਸ ਦਿੱਤਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਤੁਸੀਂ ਆਪਣਾ ਸਪਸ਼ਟੀਕਰਨ ਭੇਜੋ ਵੀ ਤੁਹਾਡੇ ਤੁਸੀਂ ਜਿਹੜੇ ਜਿਹੜੇ ਗੁਨਾਹ ਕੀਤੇ ਉਹ ਐਕਸਪਲੇਨ ਕਰੋ ਜੀ। 15 ਦਿਨਾਂ ਦੇ ਵਿੱਚ ਤਾਂ ਇਹਨਾਂ ਸਾਰਿਆਂ ਦੇ ਸਪਸ਼ਟੀਕਰਨ ਜਾਂ ਮਾਫ਼ੀਨਾਮੇ ਜਾਣਗੇ, ਅਤੇ ਇਹ ਹੁਣ ਅਗਲੇ 15 ਦਿਨ ਨਿਕਲ ਜਾਣਗੇ। 15 ਦਿਨ ਘਟਾ ਲਓ ਤੁਸੀਂ ਜਿਹੜੀ ਐਸ ਜੀ ਪੀ ਸੀ ਦੀ ਇਲੈਕਸ਼ਨ ਆ ਰਹੀ ਹੈ, ਮੈਂ ਉਸ ਕੰਟੈਕਸਟ 'ਚ ਗੱਲ ਕਰ ਰਿਹਾ, ਤੁਸੀਂ ਸਪੈਸੀਫਿਕ ਗੱਲ ਕੀਤੀ ਸਪੈਸੀਫਿਕ ਜਵਾਬ ਦੇ ਰਹੇ। ਉਸ ਤੋਂ ਬਾਅਦ ਕੀ ਸਿਰਫ ਇਹਨਾਂ ਨੂੰ ਸਮਨ ਕਰਕੇ ਅਤੇ ਇਹਨਾਂ ਨੂੰ ਅੱਗੇ ਐਕਸ਼ਨ ਲੈ ਕੇ ਇਹ ਮਾਮਲਾ ਖਤਮ ਹੋ ਜਾਏਗਾ? ਇਹ ਮਾਮਲਾ ਹਜੇ ਓਪਨ ਹੋਇਆ ਰੰਧਾਵਾ ਜੀ। ਜਦ ਤੱਕ ਅਸੀਂ ਵਾਰ ਵਾਰ ਕਹਿ ਰਹੇ ਹਾਂ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਜਿਹੜੇ ਇਸ ਜੜ ਦੇ ਵਿੱਚ ਹੈਗੇ, ਇੱਕ ਜਿੱਥੋਂ ਜੜ ਸ਼ੁਰੂ ਹੁੰਦੀ ਹੈ, ਜਦ ਤੱਕ ਉਹਨਾਂ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਗਿਆਨੀ ਗੁਰਮੁਖ ਸਿੰਘ ਇਸ ਵੇਲੇ ਅਕਾਲ ਤਖ਼ਤ ਦੇ ਗ੍ਰੰਥੀ ਹੈਗੇ, ਉਸ ਵੇਲੇ ਜਦੋਂ 2015 ਦੇ ਵਿੱਚ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ ਸੀਗੀ ਡੇਰਾ ਸੱਚਾ ਸੌਦਾ ਚੀਫ ਨੂੰ, ਉਹ ਤਲਵੰਡੀ ਸਾਬੋ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸੀਗੇ। ਤਾਂ ਜਦ ਤੱਕ ਉਹ 2015 ਵਾਲਾ ਮਾਮਲਾ ਨਹੀਂ ਖੁੱਲਦਾ, ਜਦੋਂ ਸਾਰਾ ਸਿੱਖ ਜਗਤ ਉੱਠ ਖਲੋਤਾ ਸੀ ਸਿੱਖ ਸੰਸਥਾਵਾਂ ਦੇ ਅਗੇਂਸਟ, ਦਰਬਾਰ ਸਾਹਿਬ ਦੇ ਇਸਟੈਬਲਿਸ਼ਮੈਂਟ ਦੇ ਵਿੱਚ ਬਗਾਵਤ ਹੋ ਗਈ ਸੀਗੀ, ਪੰਜ ਪਿਆਰਿਆਂ ਨੇ ਬਗਾਵਤ ਕਰਤੀ ਸੀ, ਕੀਰਤਨੀ ਨੇ ਬਗਾਵਤ ਕਰਤੀ ਸੀਗੀ, ਅਸਲੀ ਮਸਲਾ ਤਾਂ ਉੱਥੇ ਹੈ, ਇਕੱਲਾ ਪਾਰਟੀ ਦਾ ਮਸਲਾ ਨਹੀਂ ਹੈ, ਸਾਰੇ ਦਰਬਾਰ ਸਾਹਿਬ ਦੇ ਇਸਟੈਬਲਿਸ਼ਮੈਂਟ ਨੇ ਉਸ ਵੇਲੇ ਬਗਾਵਤ ਕੀਤੀ ਸੀ ਉਸ ਮਾਮਲੇ 'ਤੇ।
ਜਦ ਤੱਕ ਉਹ ਮਸਲਾ ਨਹੀਂ ਖੁੱਲਦਾ, ਇਹਨਾਂ ਨੂੰ ਸਮਨ ਨਹੀਂ ਕੀਤਾ ਜਾਂਦਾ, ਉਹ ਫਿਰ ਗੱਲ ਸਿੱਧੀ ਸਦਾ ਪ੍ਰਕਾਸ਼ ਬਾਦਲ ਤੇ ਜਾਂਦੀ ਹੈ। ਪੰਥ ਰਤਨ ਫਕਰੇ ਕੌਮ ਪੰਥ ਰਤਨ। ਸੋ ਜੇ ਤੁਸੀਂ ਸੋਚੋ ਕਿ ਆਹ 15 ਦਿਨਾਂ ਤੋਂ ਬਾਅਦ ਇਹਨਾਂ ਨੂੰ ਸਮਨ ਕਰਕੇ ਤੇ ਮੁੜ ਕੇ ਇਹ ਮਾਮਲਾ ਸਾਰਾ ਰਫਾ ਦਫਾ ਹੋ ਜਾਏਗਾ, ਇਹਦੇ ਨਾਲ ਤਾਂ ਹੋਣਾ ਨੀ, ਲੰਬਾ ਚੱਲਣਾ। ਮੈਂ ਹੁਣ ਤੁਹਾਡੀ ਐਸ ਜੀ ਪੀ ਸੀ ਤੇ ਆਉਣਾ, ਜੇ ਲੰਬਾ ਚੱਲਣਾ ਉਦ ਤੱਕ ਐਸ ਜੀ ਪੀ ਸੀ ਦੀ ਇਲੈਕਸ਼ਨ ਆ ਜਾਣੀ। ਹੁਣ ਸੁਖਬੀਰ ਸਿੰਘ ਬਾਦਲ ਇਹਨਾਂ ਮੈਂਬਰ ਨੂੰ ਅਪਰੋਧ ਨਹੀਂ ਕਰ ਸਕਦੇ। ਨੰਬਰ 2 ਤੇ ਸਿਰਫ ਵਿਕਰਮ ਸਿੰਘ ਮਜੀਠੀ ਆ ਜਿਹਨਾਂ ਪਾਵਰਫੁਲ ਹੈ। ਮੈਂ ਆਪਣੇ ਹੋਰ ਕਿਸੇ ਲੀਡਰ ਨੂੰ ਵੀ ਉਸ ਕਾਬਲ ਨਹੀਂ ਸਮਝਦਾ ਕਿ ਉਹ ਕੰਟਰੋਲ ਕਰ ਸਕਦੇ। ਸੋ ਜੇ ਆਲਰੇਡੀ ਜਿਹੜੇ ਮੈਂਬਰ ਹੈਗੇ ਆ ਵਿੱਚੋਂ ਕਰ ਰਹੇ ਆ, ਜਿਹੜੇ ਇਹਨਾਂ ਦਾ ਧੜਾ ਸੀਗਾ ਉਹ ਡਾਇਲਿਊਟ ਹੋ ਰਿਹਾ, ਮੈਂਬਰ ਸ਼ਿਫਟ ਕਰ ਰਹੇ ਆ, ਅਨ ਅਨਾਊਂਸ ਕੁਛ ਤਾਂ ਅਨਾਊਂਸ ਕਰਕੇ ਜਾ ਰਹੇ ਆ, ਵਿੱਚੋਂ ਮੈਂਬਰ ਕਰ ਰਹੇ ਆ ਜੀ। ਜਿੱਦੇ ਗਿਣਤੀ 50% ਪਹੁੰਚ ਗਈ ਔਰ ਪਹੁੰਚ ਸਕਦੀ ਹੈ ਇਸ ਸਿਚੁਏਸ਼ਨ ਦੇ ਵਿੱਚ, ਇਹ ਬਿਲਕੁਲ ਡਿਫਰੈਂਟ ਸਿਚੁਏਸ਼ਨ ਹੈ, ਤਨਖਾਹੀ ਵਾਲੀ ਸਿਚੁਏਸ਼ਨ ਹੈ। ਸਰ ਜਦੋਂ ਪ੍ਰਧਾਨ ਤਨਖਾਹੀਆ ਹੋ ਜਾਏ ਤੇ ਜਿਹੜਾ ਜਨਰਲ ਹਾਊਸ ਹੈ ਅਕਾਲੀਆਂ ਦਾ, ਅਕਾਲੀ ਦਲ ਦਾ ਜਿਹੜਾ ਹਾਊਸ ਹੈ, ਹਾਊਸ ਨਾ ਕੋਈ ਇਹਨਾਂ ਦੀ ਪਾਰਟੀ ਹੈ ਐਸ ਜੀ ਪੀ ਸੀ ਦੇ ਵਿੱਚ, ਤੇ ਉਹਦੇ ਮੈਂਬਰ ਜੇ ਇਹਨਾਂ ਦੇ ਉੱਥੋਂ ਨਿਕਲ ਗਏ, ਹੈ ਤਾਂ ਉਹ ਅਕਾਲੀ ਅਕਾਲੀ ਹੀ ਰਹਿਣਾ ਉਹਨਾਂ ਨੇ। ਤੇ ਫਿਰ ਜੇ ਅਗਲਾ ਪ੍ਰਧਾਨ ਦੂਜੇ ਗਰੁੱਪ ਦਾ ਆ ਗਿਆ ਤੇ ਸਾਰੀ ਸਿਆਸਤ ਹੀ ਰੰਧਾਵਾ 'ਚ ਬਦਲ ਜਾਏਗੀ। ਸੋ ਸਿਚੁਏਸ਼ਨ ਅੱਜ ਦੀ ਤਰੀਕ ਦੇ ਵਿੱਚ ਬਹੁਤ ਸੈਂਸਿਟਿਵ ਹੈ ਜੀ, ਔਰ ਇਹ ਹਜੇ ਕੋਈ ਇੰਡੀਕੇਸ਼ਨ ਨਹੀਂ ਹੈ ਕਿ ਸਿੰਘ ਸਾਹਿਬ ਇਸ ਮਾਮਲੇ ਨੂੰ ਇੰਨੀ ਛੇਤੀ ਹੱਲ ਕਰ ਦੇਣਗੇ। ਜੇ ਲੰਬਾ ਹੁੰਦਾ ਹੈ ਫਿਰ ਕੁਸਚਨ ਮਾਰਕ ਪ੍ਰਧਾਨਗੀ 'ਤੇ ਲੱਗ ਜਾਂਦਾ ਹੈ, ਇਹਦੇ 'ਚ ਕੋਈ ਦੋ ਰਾਵਾਂ। ਸਹਿਬੀਰ ਸਿੰਘ ਜੀ, ਅਕਸਰ ਕਿਹਾ ਜਾਂਦਾ ਹੈ ਕਿ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਉਹੀ ਅਸਲੀ ਅਕਾਲੀ ਦਲ, ਔਰ ਇਹ ਨੈਰੇਟਿਵ ਅਕਾਲੀ ਦਲ ਨੇ ਆਪ ਹੀ ਤੋਰੀ ਰੱਖਿਆ ਹਮੇਸ਼ਾ, ਭਾਵੇਂ ਜਥੇਦਾਰ ਟੋੜਾ ਦਾ ਮਾਮਲਾ ਸੀ ਜਾਂ ਉਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਵੀ ਵੱਖ ਵੱਖ ਮੌਕਿਆਂ ਤੇ ਜਦੋਂ ਜਦੋਂ ਵੀ ਟਕਰਾਅ ਹੋਏ, ਜਿਹੜੇ ਲੋਕ ਵੱਖ ਹੋ ਕੇ ਆਈਸੋਲੇਟ ਹੋ ਗਏ, ਜਿਹਨਾਂ ਨੂੰ ਬਾਅਦ ਦੇ ਵਿੱਚ ਕੋਈ ਬਹੁਤ ਤਵੱਜੋ ਨਹੀਂ ਸਿੱਖ ਸੰਗਤ ਵੱਲੋਂ ਮਿਲੀ, ਔਰ ਇਹਨਾਂ ਨੇ ਨੈਰੇਟਿਵ ਇਹ ਅੱਗੇ ਵਧਾਇਆ ਹਮੇਸ਼ਾ ਕਿ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਉਹੀ ਅਸਲੀ। ਖੈਰ ਮੈਂ ਇਸ ਵੇਲੇ ਜਿਹੜੀ ਸਥਿਤੀ ਜਿਸ ਤਰ੍ਹਾਂ ਦੀ ਨਾਜ਼ੁਕ ਬਣ ਗਈ ਹੈ, ਪ੍ਰਧਾਨ ਸਾਹਿਬ ਲਈ ਮੁਸ਼ਕਲ ਹੋ ਗਿਆ, ਇਹਦੇ ਨਾਲ ਹੀ ਦੂਜਾ ਧੜਾ ਕਾਫੀ ਐਕਟਿਵ ਆ, ਉਹ ਵੀ ਆਪਣੇ ਆਪ ਨੂੰ ਕਲੇਮ ਕਰ ਰਿਹਾ ਕਿ ਅਸਲੀ ਅਕਾਲੀ ਉਹ ਨੇ, ਉਹ ਵੱਖਰੇ ਹੈ ਹੀ ਨਹੀਂ ਗੇ, ਉਹ ਤਾਂ ਸੁਧਾਰ ਕਰਨ ਲਈ ਲਹਿਰ ਚਲਾ ਰਹੇ ਨੇ। ਇਹ ਸਾਰੇ ਇਹ ਜਿੰਨਾ ਪ੍ਰਕਰਨ ਜੋ ਚੱਲ ਰਿਹਾ ਇਹਦੇ ਵਿੱਚ ਵਾਕਿਆ ਹੀ ਪੋਜੀਸ਼ਨ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਕੁਛ ਵੀ ਵਾਪਰ ਸਕਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅਗਲਾ ਟਾਰਗੇਟ ਜਿਹੜਾ ਉਹ ਸ਼੍ਰੋਮਣੀ ਕਮੇਟੀ ਹੀ ਹੋਊਗਾ ਤਾਂ ਕਿ ਨਿਤਾਰੇ ਹੋ ਜਾਣ, ਜਿਹੜੇ ਨੈਰੇਟਿਵ ਨੇ ਉਹ ਅਸਲ 'ਚ ਬਦਲੇ ਜਾ ਸਕਣ? ਨਹੀਂ, ਅਜੇ ਤਾਂ ਇਹ ਲੱਗ ਹੀ ਰਿਹਾ ਜਿਹੜਾ ਤਾਂ ਹੁਣ ਹੀ ਢਾਂਚਾ ਹੈ ਸ਼੍ਰੋਮਣੀ ਕਮੇਟੀ ਦੇ, ਇੱਕ ਤਾਂ ਡਿਮਾਂਡ ਇਹ ਹੈ ਨਾ ਕਿ ਨਵੀਆਂ ਚੋਣਾਂ ਹੋਣ, ਨਵੀਆਂ ਚੋਣਾਂ, ਸੋ ਸੰਭਵ ਹੈ ਕਿ ਫਰੈਸ ਹੋਰ ਲੋਕ ਵੀ ਜਿੱਤ ਕੇ ਸਾਹਮਣੇ ਆਉਣ, ਤੇ ਉਦੋਂ ਕੌਣ ਆਉਂਦਾ ਓਵਰਆਲ ਮੈਜੋਰਿਟੀ ਦੇ ਵਿੱਚ, ਉਹ ਇੱਕ ਅਲੱਗ ਅਗਲਾ ਕਦਮ ਹੈ, ਉਹ ਤਾਂ ਗੌਰਮੈਂਟ ਆਫ ਇੰਡੀਆ ਨੇ ਦੇਖਣਾ, ਉਹਨਾਂ ਦੇ ਆਪਣੀਆਂ ਮਤਲਬ ਗਿਣਤੀਆਂ ਮਿਣਤੀਆਂ ਹੋਣਗੀਆਂ ਕਿ ਐਸ ਜੀ ਪੀ ਸੀ ਦੀ ਇਲੈਕਸ਼ਨ ਕਦੋਂ ਕਰਾਉਣੀ ਹੈ ਕਦੋਂ ਨਹੀਂ ਕਰਾਉਣੀ। ਇੱਕ ਹੈਗਾ ਇਹੀ ਢਾਂਚੇ 'ਚ ਚੱਲਦੇ ਹੋਏ ਜਿਹੜੀ ਸੱਤਾ ਦੀ ਲੜਾਈ ਹੈ ਉਹ ਵੀ ਚੱਲੂਗੀ ਔਰ ਚੱਲ ਹੀ ਰਹੀ ਹੈ ਇੱਕ ਤਰੀਕੇ ਦੇ ਨਾਲ। ਔਰ ਜੇ ਸੁਖਬੀਰ ਸਿੰਘ ਬਾਦਲ ਨੂੰ ਤੇ ਟੌਪ ਲੀਡਰਸ਼ਿਪ ਨੂੰ ਇਹ ਕਿਹਾ ਗਿਆ ਸੀ ਇਸੇ ਢਾਂਚੇ 'ਚ ਵੀ ਲੀਡਰਸ਼ਿਪ ਤੋਂ ਸਾਈਡ 'ਤੇ ਹੋ ਜਾਣ ਤਾਂ ਅਕਾਲੀ ਦਲ ਦਾ ਹੀ ਰਹਿਣਾ ਸੀਗਾ, ਉਹ ਤਾਂ ਕੋਈ ਰੌਲਾ ਨਹੀਂ, ਕੁਝ ਲੀਡਰਾਂ ਦਾ ਨਹੀਂ ਰਹਿਣਾ ਸੀ, ਕੁਝ ਲੀਡਰ ਸਾਈਡ 'ਤੇ ਹੋਣੇ ਸੀ।
ਅਕਾਲੀ ਦਲ ਦੇ ਅੰਦਰ ਵੀ ਕਿਹੜੇ ਲੀਡਰ ਦੀ ਸੁਪਰਮੇਸੀ ਹੋਵੇ, ਇਹ ਵੀ ਤਾਂ ਇੱਕ ਲੜਾਈ ਹੈ ਨਾ ਇਸੇ ਸਾਰੇ ਸੈਟਅਪ ਦੇ ਵਿੱਚ ਬਣੀ ਹੋਈ। ਔਰ ਉਸੇ ਨੂੰ ਦੇਖਦੇ ਹੋਏ ਫਿਰ ਇਹ ਹੈ ਕਿ ਹੁਣ ਕੀ ਕੀਤਾ ਜਾਏ ਅਕਾਲੀ ਦਲ ਦੀ। ਈਵਨ ਪਹਿਲਾਂ ਤਾਂ ਇਹ ਕਿਹਾ ਜਾਂਦਾ ਨਾ ਕਿ ਮਜ਼ਬੂਤ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਹੁਤ ਸਟਰੋਂਗ ਬਾਡੀ ਹੈ, ਜਿਹਦੀ ਬੜੀ ਰਿਸਪੈਕਟ ਹੈ, ਬੜੀ ਸੁਣੀ ਜਾਂਦੀ ਹੈ, ਪਰ ਹੌਲੀ 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 ਚੱਲ ਕੇ ਉਹਦਾ ਪ੍ਰਭਾਵ ਜਿਹੜਾ ਲਗਾਤਾਰ ਘਟਦਾ ਜਾ ਰਿਹਾ, ਉਹ ਉਸੇ ਰੇਸ਼ੋ ਚ ਘਟਿਆ ਉਹਦਾ ਪ੍ਰਭਾਵ ਜਿਸ ਰੇਸ਼ੋ ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਡਾਊਨ ਚਲਾ ਗਿਆ ਲਗਾਤਾਰ, ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਉਸ ਰੇਸ਼ੋ ਨਾਲੋਂ ਵੀ ਜ਼ਿਆਦਾ ਚਲਾ ਗਿਆ ਲੱਗਦਾ ਜਿਹੜਾ ਉਸ ਅਨੁਪਾਤ ਨਾਲੋਂ ਵੀ। ਇਸੇ ਕਰਕੇ ਜਦੋਂ ਕਦੇ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਗੱਲ ਕਰਦਾ ਸੀ ਤਾਂ ਉਹਦੀ ਸੁਣੀ ਜਾਂਦੀ, ਹਰਿਆਣੇ ਚ ਕਿਸੇ ਨੇ ਨਹੀਂ ਸੁਣੀ ਹੁਣ ਜਦੋਂ ਅਲੱਗ ਹੋ ਗਈ ਕਮੇਟੀ। ਔਰ ਇੱਕ ਲੈਵਲ ਦਾ ਪ੍ਰੋਟੈਸਟ ਤੱਕ ਨਹੀਂ ਹੋ ਪਾਏ, ਜਿਹੜਾ ਪਹਿਲਾਂ ਇਹ ਕਹਿ ਰਹੇ ਸੀ ਵੀ ਸ਼ਾਇਦ ਮੋਰਚਾ ਹੀ ਲੱਗ ਜੇ ਬਾਕੀ ਚੀਜ਼ਾਂ ਹੋ ਜਾਣ। ਦਿੱਲੀ ਤੋਂ ਲੈ ਕੇ ਹਰਿਆਣਾ ਹੁੰਦਾ ਹੋਇਆ ਜਦੋਂ ਪ੍ਰਭਾਵਹੀਣਤਾ ਜਿਹੜੀ ਦਿਖਾਈ ਦਿੰਦੀ ਹੁੰਦੀ ਹੈ ਕਿ ਤੁਹਾਡੇ 'ਚ ਉਹ ਉਹਨਾਂ ਸੰਸਥਾਵਾਂ ਨੂੰ ਜਾਂ ਹਾਸਲ ਕਰਨ ਜਾਂ ਗੱਲ ਕਰਨ ਦੇ ਲਈ ਨਹੀਂ, ਪਹਿਲਾਂ ਮੁੱਢਲੇ ਤੌਰ 'ਤੇ ਕਦੀ ਮਾੜਾ ਮੋਟੇ ਟਕਰਾਅ ਜੇ ਹੋਏ ਉਹਨਾਂ ਨੇ ਕਿਹਾ ਤੁਸੀਂ ਜਾਓ ਜੀ, ਫਿਰ ਕਹਿੰਦੇ ਠੀਕ ਹੈ ਜੀ ਚਲੇ ਜਾਂਦੇ ਹਾਂ, ਜਿਵੇਂ ਵੀ ਤੁਸੀਂ ਕਹੋਗੇ ਆਪਾਂ ਉਵੇਂ ਕਰ ਲੈਂਦੇ। ਇਹ ਤਾਂ ਸਿਚੁਏਸ਼ਨ ਹੈ ਹੁਣ, ਇਹੋ ਜਿਹੀ ਸਿਚੁਏਸ਼ਨ 'ਚ ਐਸ ਜੀ ਪੀ ਸੀ 'ਤੇ ਵੀ ਦੂਜੇ ਵੀ ਕਬਜ਼ਾ ਕਰ ਲੈਣ, ਮੰਨ ਲਓ ਦੂਜਿਆਂ ਦਾ ਹੋ ਜੇ ਪਾਸਾ ਪਲਟ ਜੇ, ਇੱਕ ਗੱਲ ਤਾਂ ਹੋ ਜਾਊਗੀ ਕਿ ਜੇ ਸੁਖਬੀਰ ਸਿੰਘ ਬਾਦਲ ਸਾਈਡ 'ਤੇ ਹੋ ਗਏ ਜਾਂ ਬਾਕੀ ਕੋਈ ਹੋਰ ਦੋ ਚਾਰ ਹੋ ਗਏ, ਤਾਂ ਜਿਹੜੇ ਪਾਸਾ ਪਲਟਣ ਵਾਲੇ ਵੀ ਨੇ ਐਸੇ ਸਿਚੁਏਸ਼ਨ ਦੇ ਵਿੱਚ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਸੇ ਅਕਾਲੀ ਦਲ ਵੱਲੋਂ ਚੁਣ ਕੇ ਆਏ ਨੇ, ਜਿਨ੍ਹਾਂ ਨੇ ਹੁਣ ਤੱਕ ਕਾਰਗੁਜ਼ਾਰੀ ਉਹਨਾਂ ਦੇ ਨਾਲ ਹੀ ਨਿਭਾਈ ਹੈ, ਜਿਨ੍ਹਾਂ ਨੇ ਬਾਕੀ ਦੀਆਂ ਚੀਜ਼ਾਂ ਕੀਤੀਆਂ ਨੇ, ਤਾਂ ਕੋਈ ਬਹੁਤ ਬੜੇ ਬਦਲਾਅ ਵਾਲਾ ਚਿੰਨ੍ਹ ਤਾਂ ਸੰਕੇਤ ਕੀ ਮਿਲੂਗਾ ਕਿ ਹਾਂ ਇਹ ਚੀਜ਼ ਹੋ ਰਹੀ ਹੈ ਜਾਂ ਇੱਕ ਫਰਕ ਹੋ ਗਿਆ, ਇਹ ਵੀ ਇੱਕ ਗੱਲ ਦੇਖਣ ਵਾਲੀ ਹੈ। ਇਮੀਡੀਏਟ ਪੋਲੀਟੀਕਲੀ ਤਾਂ ਸ਼ਾਇਦ ਇੱਕ ਚਰਚਾ ਹੋਏਗੀ ਕਿ ਫਰਕ ਪੈ ਜਾਊਗਾ ਉਸ ਸਾਰੇ ਮਾਮਲੇ ਦੇ ਵਿੱਚ ਕੁਛ ਨਾ ਕੁਛ। ਔਰ ਫਿਰ ਜਿਹੜੇ ਲੋਕ ਸੁਧਾਰ ਲਹਿਰ ਵਾਲੇ ਵੀ ਨੇ ਉਹਨਾਂ ਦਾ ਵੀ ਵੱਡਾ ਹਿੱਸਾ ਅਕਾਲੀ ਦਲ ਦਾ ਹੀ ਹਿੱਸਾ ਹੈ ਨਾ, ਵੈਸੇ ਤਾਂ ਸਾਰਾ ਹੀ ਹਿੱਸਾ ਹੈ, ਪਰ ਵੱਡਾ ਇੱਕ ਹਿੱਸਾ ਤਾਂ ਉਹ ਵੀ ਹੈ ਜਿਹੜਾ ਡਿਸੀਜਨ ਮੇਕਿੰਗ ਪ੍ਰੋਸੈਸ 'ਚ ਰਿਹਾ ਹਮੇਸ਼ਾ, ਚਾਹੇ ਪਾਰਟੀ 'ਚ ਰਿਹਾ ਚਾਹੇ ਗੌਰਮੈਂਟ 'ਚ ਰਿਹਾ। ਉਹਨਾਂ ਤੋਂ ਵੀ ਤੁਰੰਤ ਉਹਨਾਂ ਦਾ ਹਿਰਦੇ ਪਰਿਵਰਤਨ ਕਿਵੇਂ ਮੰਨ ਲਿਆ ਜਾਊਗਾ ਕਿ ਹੁਣ ਬਹੁਤ ਅਲੱਗ ਤਰ੍ਹਾਂ ਵਿਚਰਨਗੇ, ਲੀਡਰਸ਼ਿਪ ਦੀ ਕਾਬਲੀਅਤ ਬਿਲਡ ਹੋ ਗਈ ਹੈ, ਹੁਣ ਆਹ ਚੀਜ਼ਾਂ ਕਰ ਸਕਣਗੇ, ਜਿਹਦੇ ਨਾਲ ਸ਼੍ਰੋਮਣੀ ਕਮੇਟੀ ਦਾ ਸਿਰ ਉੱਚਾ ਹੋਵੇ, ਪ੍ਰਭਾਵ ਦੁਬਾਰਾ ਉਸ ਪਰ ਲੈਵਲ 'ਤੇ ਪਹੁੰਚੇ, ਜਿਹਦੇ ਨਾਲ ਅਕਾਲ ਤਖ਼ਤ ਵਰਗੀਆਂ ਜਿਹੜੀਆਂ ਸੰਸਥਾ ਅਕਾਲ ਤਖ਼ਤ ਜਥੇਦਾਰ ਅਕਾਲ ਤਖ਼ਤ ਦੀ ਉਹ ਉਸ ਪੱਧਰ ਦੇ ਉੱਤੇ ਜਾਏ। ਇਹ ਸਾਰੀਆਂ ਚੀਜ਼ਾਂ ਜਿਸ ਲੈਵਲ 'ਤੇ ਜਾਣਗੀਆਂ ਤਾਂ ਇਹਦਾ ਕੀ ਮਤਲਬ, ਜੇ ਨਹੀਂ ਜਾਣਗੀਆਂ ਤਾਂ ਕਿੱਡਾ ਕੁ ਵੱਡਾ ਫਰਕ ਪਊਗਾ। ਫਰਕ ਓਵਰਆਲ ਹੈ ਜਥੇਦਾਰ ਸਾਹਿਬਾਨ ਦੀ ਪਾਲੇ 'ਚ ਜਿਹੜੀ ਇੱਕ ਹੁਣ ਗੇਂਦ ਹੈਗੀ ਹੈ, ਹੁਣ ਤਾਂ ਲੋਕ ਇਹ ਤਵੱਜੋ ਕਰਦੇ ਨੇ ਕਿ ਕੋਈ ਮੋੜ ਆ ਪਵੇ ਅਸਲ ਦੇ ਵਿੱਚ, ਜਿਹੜੀ ਸਟੈਗਨੇਸ਼ਨ ਹੈ ਸਥਿਰਤਾ ਹੈ, ਬਲਕਿ ਸਥਿਰਤਾ ਨਾਲੋਂ ਵੀ ਗਿਰਾਵਟ 'ਚ ਜਾਣ ਵਾਲਾ ਜਿਹੜਾ ਸਾਈਡ ਹੈ ਉਹ ਅਪਵਰਡ ਦੂਜੇ ਪਾਸੇ ਨੂੰ ਜਾਵੇ, ਕੋਈ ਇਹੋ ਜਿਹਾ ਉਤਸ਼ਾਹ ਭਰੇ ਇਸ ਪਾਸੇ ਵੱਲ ਨੂੰ ਜਾਵੇ ਅਤੇ ਇਸ ਲੈਵਲ ਦੀ ਲੀਡਰਸ਼ਿਪ ਐਮਰਜ ਕਰੇ, ਪੋਲੀਟੀਕਲ ਖਿਲਾਫ ਵੀ ਭਰਿਆ ਜਾਏ ਅਤੇ ਕੋਈ ਗੱਲ ਹੋਵੇ। ਉਹ ਜਨਰਲ ਇਲੈਕਸ਼ਨਾਂ ਤੋਂ ਬਿਨਾਂ ਸੰਭਵ ਨਹੀਂ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ, ਜਾਂ ਕੋਈ ਪੋਲੀਟੀਕਲ ਮੂਵਮੈਂਟ ਅਕਾਲੀ ਦਲ ਦੇ ਬੈਨਰ 'ਤੇ, ਕੋਈ ਧਿਰ ਅਕਾਲੀ ਦਲ ਨਹੀਂ ਤਾਂ ਹੋਰ ਬੈਨਰ 'ਤੇ ਉਸੇ ਲੈਵਲ ਦੀ ਪੰਥਕ ਦੇ ਮਾਮਲੇ 'ਚ ਧਿਰ ਜਿਹੜੀ ਜਿਹੜੀ ਕੋਈ ਲੱਗਦੀ ਹੋਵੇ ਕਿ ਹਾਂ ਲੋਕਾਂ ਦਾ ਭਰੋਸਾ ਜਿੱਤਣ ਦੇ ਕਾਬਲ ਹੋਵੇ, ਫਿਰ ਇਹ ਗੱਲ ਬਣਨੀ ਹੈ ਉਸ ਪੱਧਰ ਦੇ ਉੱਤੇ। ਹਾਂ ਇਹਦੇ 'ਚ ਕੋਈ ਦੋ ਰਾਮਾ ਨਹੀਂ, ਇੰਨਾ ਇਹਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਕਿ ਐਸੇ ਸਿਸਟਮ 'ਚ ਵੀ ਇਹ ਬਦਲਾ ਇੰਨਾ ਕੁ ਹੋ ਜੇ, ਇਹ ਕੋਈ ਮਤਲਬ ਜਗੋ ਤਿਰ ਵੀ ਗੱਲ ਨਹੀਂ ਹੋਏਗੀ। ਲੋਕ ਬਦਲਦੇ ਹੀ ਰਹਿੰਦੇ ਨੇ ਪਾਵਰ ਸੈਂਟਰ ਦੇ ਨਾਲ ਨਾਲ, ਇੱਕ ਕਮਜ਼ੋਰ ਹੋ ਗਿਆ ਤਾਂ ਦੂਜੇ ਪਾਸੇ, ਦੂਜਾ ਕਮਜ਼ੋਰ ਹੋ ਗਿਆ ਤਾਂ ਦੂਜੇ ਪਾਸੇ। ਨਹੀਂ ਅਸੀਂ ਤਾਂ ਸਥਿਤੀ ਦੀ, ਮੈਂ ਬਦਲਾਅ ਦੀ ਗੱਲ ਕਰ ਰਿਹਾ ਕਿ ਜਿਹੜੀ ਪਾਵਰ ਸਟਰਗਲ ਹੈ, ਜਿਹੜੀ ਲੜਾਈ ਹੈ ਕਿ ਬਾਦਲ ਪਰਿਵਾਰ ਕੋਲੋਂ
ਸੱਤਾ ਖਾਸ ਤੌਰ ਤੇ ਅਕਾਲੀ ਦਲ ਦੀ ਸਥਾਪਤੀ ਜਿਹੜੀ ਉਹਨਾਂ ਦੇ ਵੱਲ ਆ ਉਹਨੂੰ ਬਦਲਿਆ ਜਾਵੇ, ਉੱਥੋਂ ਸ਼ਿਫਟ ਹੋਵੇ। ਇਹੀ ਸਾਰੀ ਲੜਾਈ ਅੰਦਰ ਖਾਤੇ ਤਾਂ ਹੋ ਰਹੀ ਹੈ ਨਾ, ਤੇ ਉੱਥੋਂ ਜੇਕਰ ਉਹਨਾਂ ਦੀ ਬਜਾਏ ਦੂਜਾ ਧੜਾ ਇਹਦੇ ਚ ਕਾਮਯਾਬ ਹੋ ਜਾਂਦਾ ਤਾਂ ਇਹ ਲੜਾਈ ਰੌਚਕ ਦੌਰ ਚ ਦਾਖਲ ਹੋ ਜਾਊਗੀ। ਬਦਲਾਅ ਦੀ ਤਾਂ ਇਹਨਾਂ ਤੋਂ ਬਹੁਤੀ ਜ਼ਿਆਦਾ ਕੋਈ ਉਮੀਦ ਕੀਤੀ ਨਹੀਂ ਜਾ ਸਕਦੀ। ਨਵੀਂ ਚੋਣ ਦੇ ਵਿੱਚ ਵੀ ਮੈਨੂੰ ਧਾਰਮਿਕ ਖੇਤਰ ਚ ਕੋਈ ਬਹੁਤ ਇਹੋ ਜਿਹੇ ਬੰਦੇ ਰੋਜ਼ਮਰ੍ਹਾ ਦੀ ਜ਼ਿੰਦਗੀ ਚ ਲੱਗ ਨਹੀਂ ਰਹੇ ਜਿਹੜੇ ਫੀਲਡ ਚ ਕੰਮ ਕਰ ਰਹੇ ਹੋਣ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਚ ਦਿਲਚਸਪੀ ਲੈ ਰਹੇ ਹੋਣ, ਜਾਂ ਸਾਨੂੰ ਆਦਰਸ਼ਕ ਜੇ ਲੋਕ ਕੋਈ ਜਿਹੜਾ ਪ੍ਰਬੰਧ ਵਿੱਚ ਕੋਈ ਬਹੁਤ ਵੱਖਰਾ ਤਰ੍ਹਾਂ ਦਾ ਸੁਧਾਰ ਟ੍ਰਾਂਸਪੇਰੈਂਸੀ ਲੈ ਹੁਣ ਦਿਖੇ ਨਹੀਂ ਕਿਤੇ। ਪਰ ਸਰਦਾਰ ਜਗਤਾਰ ਸਿੰਘ ਜੀ ਇੱਕ ਜਿਹੜਾ ਸਟੈਂਡ ਇਹਨਾਂ ਨੇ ਲਿਆ ਜਿਹਦੇ ਵਿੱਚ ਉਹ ਸਾਰੇ ਮੰਤਰੀ ਵੀ ਸ਼ਾਮਿਲ ਨੇ ਜਿਹੜੇ ਸੁਖਬੀਰ ਸਿੰਘ ਨਾਲ ਸ਼ੇਅਰ ਕਰਦੇ ਰਹੇ ਮੰਤਰੀ ਮੰਡਲ, ਉਹਨਾਂ ਨੇ ਹੁਣ ਇਹ ਗੱਲ ਕਹਿਣੀ ਸ਼ੁਰੂ ਕਰਤੀ। ਇੱਕ ਪਹਿਲਾਂ ਤਾਂ ਉਹਨਾਂ ਨੇ ਦਰਖਾਸਤ ਦਿੱਤੀ ਕਿ ਅਸੀਂ ਵੀ ਨਾਲ ਜ਼ਿੰਮੇਵਾਰ ਸੀਗੇ, ਲੇਕਿਨ ਮੇਨ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਸੀ। ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਅਸੀਂ ਤਾਂ ਕਿਸੇ ਫੈਸਲੇ 'ਚ ਸੀਗੇ ਨਹੀਂ, ਕਿਸੇ ਮੀਟਿੰਗ ਦੇ ਵਿੱਚ ਕੋਈ ਮਾਮਲਾ ਆਇਆ ਹੀ ਨਹੀਂ, ਇਸ ਕਰਕੇ ਸਾਨੂੰ ਤਾਂ ਕੋਈ ਹੈ ਨਹੀਂ। ਇਹ ਜਿਹੜਾ ਇੱਕ ਨਵਾਂ ਸਟੈਂਡ ਆ, ਇਹ ਜਿਹੜੀ ਨਵੀਂ ਉਹਨਾਂ ਦੀ ਅਪਰੋਚ ਆ, ਇਹ ਉਹਨਾਂ ਦੀ ਦਰਖਾਸਤ ਨਾਲ ਮੇਲ ਨਹੀਂ ਖਾਂਦੀ। ਇਹਦੀ ਵੀ ਇੱਕ ਚਰਚਾ ਹੋ ਰਹੀ ਹੈ ਕਿ ਆਖਿਰ ਇਹ ਆਪਣੀ ਦਰਖਾਸਤ ਨੂੰ ਹੀ ਕਮਜ਼ੋਰ ਕਰ ਰਹੇ ਨੇ। ਜੇਕਰ ਇਹ ਕਹਿੰਦੇ ਨੇ, ਪਹਿਲਾਂ ਤਾਂ ਇਹਨਾਂ ਕਿਹਾ ਸੀ ਵੀ ਅਸੀਂ ਸਮਰਪਣ ਕਰਦੇ ਹਾਂ ਕਿਉਂਕਿ ਅਸੀਂ ਵੀ ਬਕਾਇਦਾ ਜ਼ਿੰਮੇਵਾਰ ਹਾਂ, ਭਾਵੇਂ ਸਾਡਾ ਰੋਲ ਸੀ ਨਹੀਂ ਸੀਗੀ। ਇਹਨਾਂ ਨੇ ਉਦੋਂ ਸੁਖਬੀਰ ਬਾਦਲ ਤੇ ਫੋਕਸ ਰੱਖ ਕੇ ਆਪਣੇ ਆਪ ਨੂੰ ਨਾਲ ਤੋਰਿਆ, ਹੁਣ ਬਚਣ ਕਿਉਂ ਲੱਗੇ ਆ ਜੀ, ਜਾਂ ਯਤਨ ਕਿਉਂ ਕਰ ਰਹੇ? ਤੁਸੀਂ ਜਿਹੜੀ ਹਿੱਸੇਦਾਰੀ ਹੈ ਨਾ, ਮੈਂ ਉਹਨੂੰ ਹੋਰ ਢੰਗ ਨਾਲ ਲਿਆ। ਸ਼ੁਰੂ ਤੋਂ ਹੀ ਮੈਂ ਇਸ ਤਰ੍ਹਾਂ ਨਹੀਂ ਲਿਆ ਵੀ ਇਹ ਡਿਸੀਜਨ ਮੇਕੇ ਦਾ ਪਾਰਟ ਸੀ। ਇਹਨਾਂ ਨੇ ਉਹਦਾ ਅਪੋਜ਼ ਨਹੀਂ ਕੀਤਾ, ਅਪੋਜ਼ ਨਾ ਕਰਕੇ ਹਿੱਸੇਦਾਰ ਹੈਗੇ ਹੈ। ਇਹਨਾਂ ਦੀ ਹਿੱਸੇਦਾਰੀ ਫੈਸਲੇ ਲੈਣ ਦੇ ਵਿੱਚ ਨਹੀਂ, ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ। ਸ਼ਿਕਾਇਤਾਂ ਕੀ ਹੈ? ਪਹਿਲੀ ਸ਼ਿਕਾਇਤ ਲੈ ਲਓ ਵੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ, ਇਹ ਕੈਬਨਿਟ ਦਾ ਫੈਸਲਾ ਥੋੜ੍ਹੀ ਹੈ। ਅਗਲਾ ਜੋ ਆਪਣਾ ਡੀ ਜੀ ਪੀ ਸੀ ਜਿਹੜਾ ਜੁਆਇਨ ਕਰਾਇਆ ਅਕਾਲੀ ਦਲ ਆਲਮ, ਉਹਨੂੰ ਜੁਆਇਨ ਕਰਾਉਣਾ ਕੈਬਨਿਟ ਦਾ ਫੈਸਲਾ ਥੋੜ੍ਹੀ ਹੈ। ਬਾਕੀ ਦਾ ਕੀ ਰੋਲ ਸੀ ਉਹਦੇ ਵਿੱਚ? ਢੀਂਡਸਾ ਜੀ ਨੇ ਜੁਆਇਨ ਕਰਾਇਆ ਸੀ, ਢੀਂਡਸਾ ਜੀ ਮਾਫ਼ੀ ਮੰਗਣ? ਜੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਇਆ, ਉਹ ਕੈਬਨਿਟ ਤੇ ਥੋੜ੍ਹੀ ਲਾਇਆ, ਕੈਬਨਿਟ ਦੇ ਵਿੱਚ ਤਾਂ ਨਹੀਂ, ਏਜੰਡੇ ਦੇ ਵਿੱਚ ਆਇਆ। ਕਿਹੜਾ ਫੈਸਲਾ ਹੈ ਜਿਹੜਾ ਕੈਬਨਿਟ ਦੇ ਵਿੱਚ ਆਇਆ ਸੀ? ਸੋ ਜਦੋਂ ਮੈਂ ਕਹਿੰਦਾ ਕਿ ਇਹਨਾਂ ਦੀ ਹਿੱਸੇਦਾਰੀ ਸੀ, ਇਹਨਾਂ ਨੇ ਉਸ ਵੇਲੇ ਅਪੋਜ਼ ਨਹੀਂ ਕੀਤਾ, ਇਹਨਾਂ ਦੀ ਹਿੱਸੇਦਾਰੀ ਇਸ ਕਰਕੇ ਹੈ, ਨਾ ਕਿ ਇਹ ਡਿਸੀਜਨ ਮੇਕਿੰਗ ਦਾ ਪਾਰਟ ਹੈ, ਇਹ ਡਿਸਟਿੰਕਸ਼ਨ ਮਿਸ਼ਨ ਡਰਾ ਕਰਕੇ ਚੱਲੋ। ਇਹਨਾਂ ਨੂੰ ਕਿਹਨੇ ਪੁੱਛਿਆ ਇਹ ਫੈਸਲੇ ਲੈਣ ਦੇ ਵਿੱਚ? ਠੀਕ ਹੈ, ਕੈਬਨਿਟ ਦਾ ਪਾਰਟ ਸੀਗੇ ਇਹ ਫੈਸਲਾ, ਤਾਂ ਕੈਬਨਿਟ ਦਾ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ। ਸੋ ਇਹ ਜੋ ਕੁਛ ਉਸ ਵੇਲੇ ਹੋ ਰਿਹਾ ਸੀਗਾ ਉਹਨੂੰ ਇਹਨਾਂ ਨੇ ਅਪੋਜ਼ ਨਹੀਂ ਕੀਤਾ, ਇਸ ਕਰਕੇ ਇਹ ਸਾਰੇ ਹੀ ਗੁਨਾਹਗਾਰ ਹੈਗੇ। ਜੇ ਉਹਦਾ ਅਪੋਜ਼ ਕੀਤਾ ਹੁੰਦਾ ਫਿਰ ਇਹ ਗੁਨਾਹਗਾਰ ਨਹੀਂ ਸੀ ਹੁੰਦੇ, ਫੈਸਲੇ ਉਹਨਾਂ ਦੇ, ਇਹਨਾਂ ਨੇ ਅਪੋਜ਼ ਨਹੀਂ ਕੀਤੇ। ਇਹ ਇਸ਼ੂ ਹੈ ਬੇਸਿਕਲੀ, ਰਾਧਰ ਸਿਰਫ ਅਪੋਜ਼ ਹੀ ਨਹੀਂ ਕੀਤੇ ਨਾ ਕਰਨ ਦੀ ਗੱਲ। ਹੁਣ ਜਿਹੜਾ ਸੀਗਾ ਇਹਨੂੰ ਮਾਫ਼ੀਨਾਮਾ ਡੇਰਾ ਚੀਫ ਨੂੰ, ਉਹਨੂੰ ਤਾਂ ਇਹਨਾਂ ਦੇ ਕੋਈ ਸਾਥੀਆਂ ਨੇ ਸਪੋਰਟ ਕੀਤਾ ਸੀਗਾ, ਪਬਲਿਕਲੀ ਸਪੋਰਟ ਕੀਤਾ। ਹੁਣ ਤੱਕ ਉਹ ਜਿਹੜੀਆਂ ਸਟੇਟਮੈਂਟਸ ਆ ਸੋਸ਼ਲ ਮੀਡੀਆ 'ਤੇ ਤੁਰਿਆ ਫਿਰਦੀ, ਮਸਲਾ ਉਹ ਹੈ, ਇਹਨਾਂ ਦਾ ਕਸੂਰ ਉਹ ਹੈ। ਸੋ ਇਹ ਫਰਕ ਪਾ ਕੇ ਚੱਲੋ ਸਾਰੀ ਗੱਲ ਦੇ ਵਿੱਚ ਆ ਕੇ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।